ਇਸਲਾਮ ਦੇ ਮੱਕੇ ਦੇ ਵਿੱਚ ਕੁਝ ਬੰਦਸ਼ਾਂ ਨੇ ਜਾਂ ਕਈ ਹਿੰਦੂ ਤੀਰਥਾਂ ਦੇ ਉੱਤੇ ਬੰਦਸ਼ਾਂ ਨੇ, ਸਾਡੇ ਧਰਮ ਸਥਾਨ ਦੇ ਉੱਤੇ ਆਉਣ ਜਾਣ ਦੀ ਹਰੇਕ ਨੂੰ ਖੁੱਲ ਹੈ। ਇਸ ਗੱਲ ਦਾ ਮਤਲਬ ਇਹ ਕਦਾਚਿਤ ਨਹੀਂ ਕਿ ਇਹ ਸਾਰੇ ਧਰਮਾਂ ਦਾ ਸਾਂਝਾ ਸਥਾਨ। ਜੇ ਇੰਜ ਹੈ ਤਾਂ ਫਿਰ ਜਿੱਦਣ ਇੱਥੇ ਟੈਂਕਾਂ ਤੋਪਾਂ ਬੰਬਾਂ ਨਾਲ ਹਮਲਾ ਹੋਇਆ ਸੀ ਤਾਂ ਉਸ ਦਿਨ ਇਕੱਲੇ ਸਿੱਖ ਕਿਉਂ ਕਲਪਦੇ ਫਿਰਦੇ ਸੀ? ਕਿਉਂ ਸਿੱਖਾਂ ਨੇ ਹੀ ਇੰਦਰਾ ਗਾਂਧੀ ਨੂੰ ਤੇ ਵੈਦਿਆਂ ਨੂੰ ਸੋਧਾ ਲਾਇਆ? ਜੇਕਰ ਇਹ ਸਾਰੇ ਧਰਮਾਂ ਦਾ ਸਾਂਝਾ ਸਥਾਨ ਹੈ ਤਾਂ ਜੂਨ 84 ਨੂੰ ਇੱਥੇ ਲੜ ਕੇ ਮਰਨ ਵਾਲੇ ਦੂਜਿਆਂ ਧਰਮਾਂ ਦੇ ਲੋਕ ਕਿਉਂ ਨਹੀਂ ਸੀ? ਸਰਬ ਸਾਂਝਾ ਸਥਾਨ ਇਹ ਉਸ ਤਰੀਕੇ ਨਾਲ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਪਹਿਲਾਂ ਦੂਜੇ ਧਰਮਾਂ ਦਾ ਚੱਲ ਰਿਹਾ ਸਿਸਟਮ ਸੀ ਕਿ ਜੀ ਸਾਡੇ ਧਰਮ ਦੇ ਸਥਾਨ ਤੇ ਕੋਈ ਹੋਰ ਨਹੀਂ ਆ ਸਕਦਾ, ਉਸ ਚੀਜ਼ ਨੂੰ ਟੋਕਿਆ, ਰੋਕਿਆ, ਖਤਮ ਕੀਤਾ ਕਿ ਸਾਡੇ ਇੱਥੇ ਜਿਹੜਾ ਮਰਜ਼ੀ ਆ ਸਕਦਾ। ਇੱਥੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਆ, ਸੇਵਾ ਕਰ ਸਕਦੇ ਆ, ਗੁਟਕਾ ਲੈ ਕੇ ਗੁਰਬਾਣੀ ਪੜ੍ਹ ਸਕਦੇ ਆ ਗੁਰੂ ਘਰ ਚ, ਦਰਬਾਰ ਸਾਹਿਬ ਚ ਜਾਂ ਕਿਸੇ ਵੀ ਗੁਰਦੁਆਰੇ ਚ, ਪਰ ਇੱਥੇ ਤਾਬਿਆਂ ਚ ਬਹਿ ਕੇ ਜੇ ਉਪਦੇਸ਼ ਕਰਨਾ ਹੋਵੇ ਫਿਰ ਉਹ ਹੱਕ ਸਿਰਫ ਸਿੱਖਾਂ ਦਾ ਹੈ। ਗੁਰੂ ਗ੍ਰੰਥ ਸਾਹਿਬ ਗੁਰੂ ਹੈ ਸਿੱਖਾਂ ਦਾ। ਜੇ ਇਹ ਸਰਬ ਸਾਂਝਾ ਗ੍ਰੰਥ ਕਵਾਂਗੇ ਫਿਰ ਇਹਦਾ ਗੁਰੂ ਵਾਲਾ ਰੁਤਬਾ ਜਿਹੜਾ ਹੈ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲੱਗਦਾ। ਪੰਜਾਬੀ ਬੋਲੀ ਆ ਜਿਹੜੀ ਇਹ ਜੀ ਇਕੱਲੇ ਸਿੱਖਾਂ ਦੀ ਬੋਲੀ ਆ, ਭਾਈ ਜੇ ਸਿੱਖਾਂ ਦੀ ਨਹੀਂ ਹੈ ਫਿਰ ਹਿੰਦੂ ਇਹਨੂੰ ਛੱਡ ਛੱਡ ਕੇ ਕਿਉਂ ਭੱਜਦਾ? ਦਿੱਲੀ ਵਾਲੇ ਇਹੀ ਨਾਗਪੁਰ ਵਾਲੇ ਚਾਹੁੰਦੇ ਆ ਕਿ ਪੰਜਾਬੀ ਬੋਲੀ ਨੂੰ ਸਿੱਖ ਵੀ ਤਿਆਗ ਦੇਣ ਤੇ ਸਰਬ ਸਾਂਝੀ ਬੋਲੀ ਦੇ ਨਾਂ ਹੇਠ ਇਹਦਾ ਚਰਬਾ ਜਿਹਾ ਕਰ ਦਈਏ ਤੇ ਆਪੇ ਹੀ ਸਿੱਖ ਫਿਰ ਆਪਦੇ ਇਸ਼ਟ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਣਗੇ, ਪੜ੍ਹ ਨਹੀਂ ਸਕਣਗੇ। ਅੱਜ ਦੀ ਪੀੜ੍ਹੀ ਇਸ ਬਿਮਾਰੀ ਦਾ ਕੁਛ ਹੱਦ ਤੱਕ ਸ਼ਿਕਾਰ ਹੋ ਵੀ ਰਹੀ ਆ। ਗੁਰੂ ਗ੍ਰੰਥ ਸਾਹਿਬ ਨੂੰ ਸਰਬ ਸਾਂਝਾ ਕਹਿਣਾ ਜਾਂ ਦਰਬਾਰ ਸਾਹਿਬ ਨੂੰ ਸਰਬ ਸਾਂਝਾ ਕਹਿਣਾ ਇਹ ਗੱਲਾਂ ਬਿਲਕੁਲ ਗਲਤ ਨੇ। ਸੱਚਾਈ ਇਹ ਆ ਕਿ ਨਾ ਤਾਂ ਪੰਜਾਬ ਜਿਹੜਾ ਸਾਰਿਆਂ ਦਾ ਹੈ, ਪੰਜਾਬ ਵਿੱਚ ਰਹਿ ਜਿਹੜਾ ਮਰਜ਼ੀ ਸਕਦਾ ਹੈ। ਸੋ ਜਿਹੜਾ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅੱਜ ਵਾਲੇ ਹਾਲਾਤ ਤੱਕ ਲੈ ਕੇ ਆਉਣ ਦਾ ਸਫ਼ਰ ਆ, ਇਸੇ ਤਰੀਕੇ ਦਾ ਕਬਾੜਾ ਸਾਡਾ ਇਹ ਗੱਲਾਂ ਕਰਨਗੀਆਂ ਜੇਕਰ ਅਸੀਂ ਨਾ ਸਮਝੇ ਕਿ ਜੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਗ੍ਰੰਥ ਹੈ, ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ, ਕੋਈ ਸਾਂਝੇ ਸੂਝੇ ਨੀਗੇ ਜੀ, ਇਹ ਇਕੱਲੇ ਸਿੱਖਾਂ ਦੇ ਨੇ ਤੇ ਸਿੱਖੀ ਦੇ ਬੋਲਬਾਲੇ ਦੇ ਰਾਹ ਵਿੱਚ ਜਿਨ੍ਹਾਂ ਨੇ ਰੋੜਾ ਅਟਕਾਉਣਾ ਹੋਵੇ, ਜੇ ਸਿੱਖੀ ਦੀਆਂ ਬੁਨਿਆਦਾਂ ਹਿਲਾਉਣੀਆਂ ਹੋਣ ਉਸ ਮੌਕੇ ਇਹ ਚੀਜ਼ਾਂ ਸਾਡੇ ਖਿਲਾਫ਼ ਵਰਤੀਆਂ ਜਾਣਗੀਆਂ ਕਿ ਜੀ ਤੁਹਾਡਾ ਇਕੱਲੇ ਸਿੱਖਾਂ ਦਾ ਥੋੜ੍ਹੀ ਹੈ ਤਾਂ ਸਾਰਿਆਂ ਦਾ ਹੈ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੰਕਟ ਹੈ ਇਸ ਮੌਕੇ ਸਮੁੱਚੇ ਖਾਲਸਾ ਪੰਥ ਵਿੱਚ ਚਰਚਾ ਚ ਹੈ। ਭਾਵੇਂ 2007 ਤੋਂ ਸਲਾਵਤਪੁਰਾ ਕਾਂਡ ਵਾਪਰਨ ਤੋਂ ਅੱਜ 2024 ਆ, ਇਸ ਸਾਰੇ ਸਮੇਂ ਦੌਰਾਨ ਸਰਕਾਰਾਂ ਵੀ ਹੰਢਾਲੀਆਂ ਪਰ ਖਾਲਸਾ ਪੰਥ ਦਾ ਜਿਹੜਾ ਅਕਾਲੀ ਦਲ ਦੇ ਨਾਲ ਇੱਕ ਵਿਰੋਧ ਬਣਿਆ ਹੋਇਆ ਉਹ ਦਿਨੋਂ ਦਿਨ
ਹੋਰ ਜਿਹੜੀ ਦੂਰੀ ਆ ਜਾਂ ਖਾਈ ਆ ਕੜੱਤਣ ਉਹ ਵੱਧਦੀ ਜਾ ਰਹੀ। ਹੋ ਸਕਦਾ ਜਦੋਂ ਬਰਗਾੜੀ ਕਾਂਡ ਵਾਪਰਿਆ, ਜਦੋਂ ਪੰਥ ਨੇ ਆਪਦਾ ਰੋਸ ਪ੍ਰਗਟ ਕੀਤਾ, ਉਸ ਮੌਕੇ ਵੱਡੇ ਬਾਦਲ ਨੇ ਛੋਟੇ ਬਾਦਲ ਨੂੰ ਕਿਹਾ ਹੋਵੇ ਕਿ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ, ਦੋ ਤਿੰਨ ਵਾਰ ਇੱਦਾਂ ਪਹਿਲਾਂ ਵੀ ਵਾਪਰ ਚੁੱਕਿਆ ਜਦੋਂ ਪੂਰਾ ਪੰਥ ਅਕਾਲੀ ਦਲ ਤੋਂ ਨਾਰਾਜ਼ ਹੋ ਗਿਆ ਸੀ। ਖਾਸ ਤੌਰ ਤੇ ਜਦੋਂ 1978 ਦਾ ਨਰਕਧਾਰੀ ਕਾਂਡ ਵਾਪਰਿਆ, ਉਸ ਤੋਂ ਬਾਅਦ ਵਿੱਚ ਸਿੱਖਾਂ ਨੂੰ ਬੜਾ ਗੁੱਸਾ ਚੜਿਆ ਤੇ 1980 ਵਿੱਚ ਅਕਾਲੀ ਦਲ ਨੂੰ ਹਰਾਇਆ, ਕਾਂਗਰਸ ਸੱਤਾ ਚ ਆਈ ਤੇ ਕਾਂਗਰਸ ਨੇ ਫਿਰ ਜੋ ਕੁਝ ਕੀਤਾ, ਖਾਸ ਤੌਰ ਤੇ ਬਿਆਂਤੇ ਬੁੱਚੜ ਤੱਕ, ਤੇ ਇਹ ਆਪੇ ਫਿਰ ਅਕਾਲੀ ਦਲ ਨੂੰ ਸੱਤਾ ਚ ਲੈ ਕੇ ਆਏ ਤੇ ਆਪੇ ਸਾਨੂੰ ਮੁੱਖ ਮੰਤਰੀ ਬਣਾਇਆ। ਇਸ ਕਰਕੇ ਅੱਜ ਬੇਸ਼ੱਕ ਦੀ ਇਹ ਜਿਹੜੇ ਸਿੱਖ ਨੇ ਬੜੇ ਦੁਖੀ ਨੇ ਕਿ ਅਸੀਂ ਸਰਸੇ ਵਾਲਿਆਂ ਨਾਲ ਮਿਲ ਕੇ ਪੰਥ ਦੀ ਪਿੱਠ ਚ ਛੁਰਾ ਮਾਰਿਆ, ਪਰ ਕਾਕਾ ਤੂੰ ਫਿਕਰ ਨਾ ਕਰ, ਸੁਖਵੀਰ ਸਿਆਂ ਦੜ ਵੱਟ ਜਮਾਨੇ ਕੱਟ, ਇਹੀ ਸਿੱਖ ਆਪਾਂ ਨੂੰ ਵੋਟਾਂ ਪਾਉਣਗੇ, ਆਪਾਂ ਨੂੰ ਜਿਤਾਉਣਗੇ, ਕਿਉਂਕਿ ਇਹ ਕਾਂਗਰਸ ਵੱਲ ਜਾ ਨਹੀਂ ਸਕਦੇ, ਭਾਜਪਾ ਦਾ ਆਪਣੇ ਤੋਂ ਬਗੈਰ ਪੰਜਾਬ ਦੇ ਵਿੱਚ ਪੈਰ ਨਹੀਂ ਲੱਗਣੇ, ਇਹ ਕੀ ਕਰ ਲੈਣਗੇ। ਸੋ ਉਸ ਮਾਹੌਲ ਦੇ ਵਿੱਚ ਜਦੋਂ ਸਿੱਖਾਂ ਨੇ ਪੰਜਾਬ ਨੇ ਕਾਂਗਰਸ ਨੂੰ ਸੱਤਾ ਵਿੱਚ ਲੈ ਆਂਦਾ, ਤੇ ਉਸ ਮੌਕੇ ਆਪਾਂ ਨੂੰ ਸਭ ਨੂੰ ਚੇਤੇ ਆ ਕਿ ਕਿਵੇਂ ਪੰਥਕ ਰੂਹ ਜਿਹੜੀ ਸੀ ਉਹ ਰੋਂਦੀ ਫਿਰਦੀ ਸੀ ਕਿ ਕਾਂਗਰਸ ਵਰਗੀ ਉਹ ਬੁੱਚੜ ਜਮਾਤ ਜਿਹਨੇ ਐਡਾ ਵੱਡਾ ਕਹਿਰ ਢਾਇਆ ਉਹਨੂੰ ਪੰਜਾਬ ਦੇ ਵਿੱਚ ਸੱਤਾ 'ਚ ਲਿਆਉਣਾ ਪੈ ਰਿਹਾ, ਕਿਉਂਕਿ ਜਿਹੜੀਆਂ ਵੋਟਾਂ ਪਈਆਂ 2017 ਵਾਲੀਆਂ, ਉਦੋਂ ਥੋੜੇ ਦਿਨ ਪਹਿਲਾਂ ਜਿੰਨੇ ਅਕਾਲੀ ਦਲ ਦੇ ਵੱਡੇ ਲੀਡਰ ਸੀਗੇ ਉਹਨਾਂ ਸਾਰਿਆਂ ਨੇ ਡੇਰਾ ਸਰਸਾ ਦੇ ਨੁਮਾਇੰਦਿਆਂ ਨਾਲ ਇੱਕ ਪੈਲਸ ਵਿੱਚ ਰਾਮਪੁਰਾ ਫੂਲ ਦੇ ਲਾਗੇ, ਆ ਮਲੂਕੇ ਹੁਣੀ ਸਾਰੇ ਸੀ, ਇੱਕ ਮੀਟਿੰਗ ਕੀਤੀ ਜਿੱਥੇ ਇਹ ਐਲਾਨ ਇਹ ਵਾਅਦਾ ਕੀਤਾ ਕਿ ਜੇਕਰ ਸਾਡੀ ਇਸ ਵਾਰੀ ਸਰਕਾਰ ਬਣ ਗਈ ਤਾਂ ਅਸੀਂ ਡੇਰਾ ਸਰਸਾ ਦੇ ਮੁਖੀ 'ਤੇ ਜਿਹੜੀ ਪਾਬੰਦੀ ਲੱਗੀ ਹੋਈ ਆ ਪੰਜਾਬ 'ਚ ਆ ਨਹੀਂ ਸਕਦਾ, ਉਹ ਅਸੀਂ ਹਟਾ ਦੇਵਾਂਗੇ। ਉਸ ਮੌਕੇ ਬੜਾ ਖਿਲਾਰਾ ਪਿਆ, ਬੜਾ ਰੌਲਾ ਪਿਆ ਕਿ ਇੱਕ ਪਾਸੇ ਤਾਂ ਆਮ ਸਿੱਖ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕਰਦਾ ਹੋਇਆ ਸਰਸੇ ਵਾਲਿਆਂ ਨਾਲ ਵਰਤਦਾ ਨਹੀਂ, ਥਾਂ ਥਾਂ ਤੇ ਸਤਸੰਗ ਰਕਵਾਉਣ ਜਾਂਦਾ ਹੈ ਤੇ ਥਾਂ ਥਾਂ ਦੇ ਉੱਤੇ ਸਿੱਖ ਜਜ਼ਬਾਤਾਂ ਦਾ ਤੇ ਭਾਰਤੀ ਹਕੂਮਤ ਦੀਆਂ ਏਜੰਸੀਆਂ, ਸਰਕਾਰ, ਪੁਲਿਸ, ਸਰਸੇ ਵਾਲੇ ਇਹਨਾਂ ਨਾਲ ਟਕਰਾਅ ਹੁੰਦਾ, ਤੇ ਦੂਜੇ ਪਾਸੇ ਪੰਥ ਦੀ ਨੁਮਾਇੰਦਾ ਜਮਾਤ ਅਖਵਾਉਣ ਵਾਲੇ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਸਰਸੇ ਵਾਲੇ ਨਾਲ ਬਹਿ ਕੇ ਮੇਲ ਮੁਲਾਕਾਤਾਂ ਵੀ ਕਰਦੇ ਆ, ਸਰਸੇ ਵਾਲਿਆਂ ਨਾਲ ਵਾਅਦੇ ਵੀ ਕਰਦੇ ਆ। ਇਹੋ ਜਿਹੇ ਮਾਹੌਲ ਵਿੱਚ ਜਿੰਨਾ ਸਿੱਖਾਂ ਨੂੰ ਰੋਹ ਚੜਿਆ ਉਹਦੇ ਵਿੱਚ ਜਦੋਂ ਸਿੱਖ ਸੋਸ਼ਲ ਮੀਡੀਆ ਉੱਤੇ ਅਵਾ ਤਬਾ ਬੋਲਦੇ ਸੀ ਤਾਂ ਵੱਡੇ ਬਾਦਲ ਨੇ ਕਹਿ ਦਿਆ ਕਰਨਾ ਵੀ ਸਾਨੂੰ ਗਾਲਾਂ ਨਾ ਕੱਢੋ, ਵੋਟ ਜੇ ਨਹੀਂ ਪਾਉਣੀ ਤਾਂ ਨਾ ਪਾਓ। ਇਹ ਗੱਲ ਇੰਨੀ ਜ਼ਿਆਦਾ ਵਾਰ ਆਖੀ ਕਿ ਲੋਕਾਂ ਨੇ ਫਿਰ ਇਸ ਗੱਲ ਨੂੰ ਪੂਰੀ ਤਰ੍ਹਾਂ ਮੰਨ ਲਿਆ ਤੇ ਵੋਟ ਨਹੀਂ ਪਾਈ। ਤੇ ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਦੇ ਲੀਡਰਾਂ ਨੇ ਸਿੱਧਾ ਜਿਹਾ ਫਾਰਮੂਲਾ ਫੜਿਆ ਹੋਇਆ ਸੀ ਵੀ ਇੱਕ ਵਾਰੀ ਵੋਟਾਂ ਲੰਘਣ ਦਿਓ, ਬਾਅਦ 'ਚ ਸਰਸੇ ਵਾਲੇ ਦੀਆਂ ਵੋਟਾਂ ਨਾਲ ਜੇ ਤਾਂ ਸਰਕਾਰ ਬਣ ਗਈ
ਤਾਂ ਹੋਰ ਗੱਲ ਆ, ਨਹੀਂ ਆਪਾਂ ਚਾਹੇ ਭਾਂਡੇ ਮਾਂਜ ਲਵਾਂਗੇ। ਚਾਰ ਦਿਨ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਮੰਨ ਕੇ ਉੱਥੇ ਆਪਾਂ ਜੋੜੇ ਵੀ ਸਾਫ਼ ਕਰ ਲਾਂਗੇ, ਨਿਤਨੇਮ ਵੀ ਕਰ ਲਾਂਗੇ, ਪਰ ਇੱਕ ਵਾਰ ਆਪਾਂ ਸਰਸੇ ਵਾਲਿਆਂ ਦੀ ਵੋਟ ਜ਼ਰੂਰ ਲੈਣੀ। ਵੋਟ ਸਰਸੇ ਵਾਲਿਆਂ ਦੀ ਮਿਲੀ ਪਤਾ ਨਹੀਂ ਨਹੀਂ, ਪਰ ਉਦੋਂ ਕਾਂਗਰਸ ਜਿਹੜੀ ਆ ਉਹ ਜਿੱਤੀ ਤੇ ਇਹ ਹਾਰ ਗਏ। ਇਹਨਾਂ ਨੂੰ ਇਹ ਸੀ ਕਿ 2022 ਦੀਆਂ ਚੋਣਾਂ 'ਚ ਤਾਂ ਅਸੀਂ ਜਿੱਤੀ ਜਾਵਾਂਗੇ, ਕਿਉਂਕਿ ਜਿਹੜਾ ਇਨਸਾਫ ਅਕਾਲੀਆਂ ਨੇ ਨਹੀਂ ਦਿੱਤਾ 2015 ਵਾਲੇ ਬਰਗਾੜੀ ਬਹਿਬਲ ਕਾਂਡ ਦਾ, ਉਹ ਜਦੋਂ ਕਾਂਗਰਸ ਨੇ ਵੀ ਨਹੀਂ ਦਿੱਤਾ ਤਾਂ ਇਹਨਾਂ ਨੂੰ ਸੀ ਕਿ ਆਮ ਹੀ ਵਿਰਸਾ ਸਿੰਘ ਬਟੂਹਾ ਟੀਵੀ ਪ੍ਰੋਗਰਾਮਾਂ 'ਚ ਗੱਜ ਕੇ ਕਹਿੰਦਾ ਹੁੰਦਾ ਸੀ ਵੀ ਸਾਤੋਂ ਤਾਂ ਚੱਲ ਨਹੀਂ ਇਨਸਾਫ ਹੋਇਆ, ਹੁਣ ਜਿਹੜੀ ਕਾਂਗਰਸ ਤੁਸੀਂ ਜਿਤਾਈ ਆ ਇਹ ਤੋਂ ਇਨਸਾਫ ਲੈ ਲਿਆ। ਇਸ ਤਰੀਕੇ ਦੀਆਂ ਗੱਲਾਂ ਕਰਦੇ ਕਰਾਉਂਦਿਆਂ ਨੂੰ ਇਹਨਾਂ ਨੂੰ ਲੱਗਦਾ ਸੀ ਵੀ ਕਾਂਗਰਸ ਤੋਂ ਦੁਖੀ ਹੋ ਕੇ ਲੋਕ ਫਿਰ ਹੁਣ ਅਕਾਲੀ ਦਲ ਨੂੰ ਲੈ ਆਉਣਗੇ, ਪਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਜਿਤਾ ਦੇ। ਹੁਣ ਜਿਹੜੇ ਲੰਮਾ ਅਰਸੇ ਤੋਂ ਉਡੀਕਦੇ ਸੀ ਕਿ ਸ਼ਾਇਦ ਕਦੇ ਨਾ ਕਦੇ ਸਾਡਾ ਦਾਅ ਲੱਗੂ, ਉਹਨਾਂ ਨੂੰ ਅਕਾਲੀ ਲੀਡਰਾਂ ਨੂੰ ਬੜਾ ਔਖਾ ਲੱਗਣ ਲੱਗ ਪਿਆ ਤੇ ਉਹਨਾਂ ਦੇ ਦੋ ਖਿਆਲ ਬਣ ਗਏ। ਇੱਕ ਤਾਂ ਉਹ ਨੇ ਜਿਹੜੇ ਕਹਿੰਦੇ ਆ ਵੀ ਕਦੇ ਨਾ ਕਦੇ ਸੁਖਬੀਰ ਨੇ ਫਿਰ ਪਲਟੀ ਮਾਰ ਜਾਣੀ ਆ, ਜਦੋਂ ਉਹ ਮੁੱਖ ਮੰਤਰੀ ਬਣੂਗਾ ਆਪਣਾ ਉਦੋਂ ਦਾਅ ਲੱਗੂਗਾ, ਇਸ ਕਰਕੇ ਆਪਾਂ ਕਿਸੇ ਹੋਰ ਪਾਸੇ ਨਹੀਂ ਜਾਣਾ ਤੇ ਚੁੱਪ ਕਰਕੇ ਬਾਦਲ ਸਾਹਿਬ ਜਿੰਦਾਬਾਦ ਕਹੀ ਜਾਣਾ। ਸੋ ਇਸ ਮੌਕੇ ਉਹ ਜਿਹੇ ਕਾਫੀ ਵੱਡੀ ਗਿਣਤੀ ਵਿੱਚ ਲੀਡਰ ਨੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਹਰ ਹਾਲਤ ਵਿੱਚ ਅੱਜ ਵੀ ਪੂਰੀ ਤਰ੍ਹਾਂ ਪ੍ਰਵਾਨ ਕਰਦੇ ਆ ਮੰਨਦੇ। ਦੂਜੇ ਪਾਸੇ ਉਹ ਨੇ ਜਿਨ੍ਹਾਂ ਦਾ ਹੌਸਲਾ ਹੁਣ ਜਵਾਬ ਦੇ ਚੁੱਕਿਆ ਕਿ ਜਿਸ ਤਰੀਕੇ ਨਾਲ ਲੋਕ ਸਾਤੋਂ ਨਫ਼ਰਤ ਕਰ ਰਹੇ ਨੇ, ਸਾਡੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ, ਸਾਨੂੰ ਵੋਟ ਪਾਟ ਕਦੇ ਨਹੀਂ ਪੈਣੀ ਤੇ ਇਸ ਕਰਕੇ ਕੋਈ ਰਾਹ ਲੱਭੀਏ ਜਿਹਦੇ ਨਾਲ ਆਪਾਂ ਸੁਰਖਰੂ ਹੋ ਕੇ ਪੰਥ 'ਚ ਜਾਣ ਜੋਗੇ ਤਾਂ ਹੋਈਏ, ਕਿਉਂਕਿ ਲੋਕ ਕਹਿੰਦੇ ਆ ਤੁਸੀਂ ਸਰਸੇ ਵਾਲਿਆਂ ਦੇ ਪੱਕੇ ਏਜੰਟ ਹੋ। ਇਸ ਮਾਹੌਲ ਵਿੱਚ ਕਈ ਗੱਲਾਂ ਨਵੀਆਂ ਵਾਪਰ ਗਈਆਂ। ਪ੍ਰਦੀਪ ਕਲੇਰ ਨਾਂ ਦੇ ਇੱਕ ਪਾਪੀ ਨੇ ਅਦਾਲਤ ਵਿੱਚ ਹਲਫੀਆ ਬਿਆਨ ਦੇ ਕੇ ਖੁਦ ਮੰਨਿਆ ਕਿ ਜਿਸ ਦਿਨ ਡੇਰਾ ਸਰਸਾ ਦੇ ਵੱਲੋਂ ਬਰਗਾੜੀ ਤੇ ਹੋਰ ਬੇਅਦਬੀਆਂ ਦੀ ਸਾਜਿਸ਼ ਵਿਉਂਤੀ ਗਈ ਹੈ, ਉਸ ਦਿਨ ਹਨੀਪ੍ਰੀਤ ਵੀ ਸੀ, ਡੇਰਾ ਮੁਖੀ ਵੀ ਸੀ ਤੇ ਹੋਰ ਉੱਥੇ ਆ ਲੋਕ ਸੀਗੇ, ਉਹਨੇ ਸਾਰਿਆਂ ਦੀ ਲਿਸਟ ਦੇ ਕੇ ਕਿਹਾ ਕਿ ਜਦੋਂ ਇਹ ਉੱਥੇ ਚਰਚਾ ਛਿੜੀ ਇਹ ਹਰਜਿੰਦਰ ਸਿੰਘ ਮਾਝੀ ਨਾਂ ਦੇ ਸਿੱਖ ਪ੍ਰਚਾਰਕ ਨੇ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਲਕ ਪ੍ਰਚਾਰ ਕੀਤਾ ਤਾਂ ਲੋਕਾਂ ਨੇ ਆਪਦੇ ਲੋਕਟ ਲਾਹ ਕੇ ਜਿਹੜੇ ਡੇਰੇ ਸਰਸੇ ਦੇ ਮੁਖੀ ਵਾਲੇ ਗਲ 'ਚ ਪਾਏ ਸੀ ਉਹ ਲਾਹ ਸੁੱਟੇ ਤੇ ਉਸ ਮੌਕੇ ਕਹਿੰਦੇ ਹਨੀਪ੍ਰੀਤ ਨੇ ਕਿਹਾ ਕਿ ਜਿਵੇਂ ਉਹਨਾਂ ਨੇ ਸਾਡੇ ਗੁਰੂ ਨੂੰ ਰੋਲਿਆ ਉਵੇਂ ਅਸੀਂ ਉਹਨਾਂ ਦਾ ਗੁਰੂ ਰੋਲਾਂਗੇ। ਇਸ ਤਰੀਕੇ ਨਾਲ ਸਾਰਿਆਂ ਦੀ ਰਾਏ ਬਣੀ, ਫਿਰ ਉਹ ਸਾਰੀ ਸਾਜਿਸ਼ ਬਾਰੇ ਹਲਫੀਆ ਬਿਆਨ ਪ੍ਰਦੀਪ ਕਲੇਰ ਦੇ ਚੁੱਕੇ ਆ। ਇਸ ਤੋਂ ਭਾਵ ਇਹ ਹੈ ਕਿ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਕਿਹੜੀ ਬੇਅਦਬੀ 'ਚ ਕੌਣ ਸੀ ਤੇ ਕਿਵੇਂ ਬੇਅਦਬੀਆਂ ਹੋਈਆਂ, ਪਰ ਬਾਦਲ ਦਲ ਨੇ ਇੱਕ ਵੀ ਲੀਡਰ ਨੇ ਅੱਜ ਦੀ ਤਰੀਕ ਤੱਕ ਵੀ ਉਹਨਾਂ ਪਾਪੀਆਂ ਦੇ ਬਾਰੇ ਇੱਕ ਵੀ ਸ਼ਬਦ ਮੂੰਹ ਤੋਂ ਨਹੀਂ ਕੱਢਿਆ, ਹਾਲਾਂਕਿ ਇਹ ਪੰਥ ਦੀ ਨੁਮਾਇੰਦਾ ਜਮਾਤ ਆ। ਪੰਥ ਦੀ ਨੁਮਾਇੰਦਾ ਜਮਾਤ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਸਰਸੇ ਵਾਲਿਆਂ ਦੇ ਖਿਲਾਫ ਕੋਈ ਸ਼ਬਦ ਨਹੀਂ ਕਹਿਣਾ ਆਪਾਂ ਮੂੰਹ। ਖੈਰ
ਨਾਲ ਦੀ ਨਾਲ ਇੱਕ ਹੋਰ ਗੱਲ ਆ ਜਿਹੜੀ ਬੜੀ ਜ਼ਰੂਰੀ ਆ ਕਿ ਜਦੋਂ ਰੌਲਾ ਪਿਆ ਤੇ ਇਹਨਾਂ ਨੇ ਇੱਕ ਕਮਿਸ਼ਨ ਜਿਹੜਾ ਸੀ, ਜਸਟਿਸ ਜੋਰਾ ਸਿੰਘ ਕਮਿਸ਼ਨ ਸੀ ਸ਼ਾਇਦ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹ ਬਣਾਤਾ ਤੇ ਉਹਦੀ ਰਿਪੋਰਟ ਆ ਜਿਹੜੀ ਉਹ ਖੁਦ ਪੜਨ ਤੋਂ ਇਨਕਾਰੀ ਹੋ ਗਏ। ਜਿਹੜੇ ਜਾਂਚ ਕਮਿਸ਼ਨ ਬਣੇ ਉਹਨਾਂ ਦੀਆਂ ਰਿਪੋਰਟਾਂ ਨੂੰ ਰੱਦੀ ਦੇ ਭਾਅ ਚ ਵੇਚਣ ਦੇ ਡਰਾਮੇ ਕੀਤੇ ਹਰ ਤਰੀਕੇ ਨਾਲ, ਨਾ ਤਾਂ ਉਹਨਾਂ ਜਾਂਚਾਂ ਨੂੰ ਮੰਨਿਆ ਤੇ ਉਹਨਾਂ ਦਾ ਮਜ਼ਾਕ ਵੀ ਉਡਾਇਆ, ਤੇ ਐਡਾ ਵੱਡਾ ਸੰਵੇਦਨਸ਼ੀਲ ਐਸਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਐਸਟ ਹੈ, ਐਸਟ ਨਾਲ ਸੰਬੰਧਿਤ ਮਸਲਾ ਹੋਵੇ, ਇਹਨਾਂ ਲੋਕਾਂ ਨੇ ਕਦੇ ਵੀ ਉਸ ਪਾਸੇ ਨੂੰ ਆਉਣ ਲਈ ਇਹਨਾਂ ਨੂੰ ਇਹੀ ਲੱਗਦਾ ਰਿਹਾ ਕਿ ਕੁਛ ਨਹੀਂ ਹੁੰਦਾ। ਇੱਥੋਂ ਤੱਕ ਕਿ ਬੀਬਾ ਹਰਸਿਮਰਤ ਕੌਰ ਗੱਜ ਵੱਜ ਕੇ ਕਹਿੰਦੀ ਰਹੀ ਕਿ ਜੇ ਅਸੀਂ ਇਹੋ ਜਿਹੇ ਕੰਮਾਂ ਚ ਆ ਤਾਂ ਸਾਡਾ ਕੱਖ ਨਾ ਰਹੇ। ਇਹ ਸਾਰਾ ਜਿਹੜਾ ਵਰਤਾਰਾ ਚੱਲਿਆ ਉਹਦੇ ਵਿੱਚ ਇੱਕ ਗੱਲ ਬੜੇ ਧਿਆਨ ਨਾਲ ਅੱਜ ਦੇ ਹਾਲਾਤ ਵਿੱਚ ਸਾਨੂੰ ਸਾਰਿਆਂ ਨੂੰ ਵਿਚਾਰਨੀ ਚਾਹੀਦੀ ਹੈ ਕਿ ਇੱਕ ਵਕਤ ਸੀ ਜਦੋਂ ਪੰਥ ਦੇ ਵਿੱਚੋਂ ਜਾਂ ਜਿਹੜੇ ਹੋਰ ਬਾਦਲ ਦਲ ਦੇ ਵਿਰੋਧੀ ਸਿਆਸੀ ਦਲ ਆ ਉਹਨਾਂ ਵੱਲੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਬਰਗਾੜੀ ਤੇ ਬਹਿਬਲ ਕਾਂਡ ਦੀ, ਡੇਰਾ ਸਰਸਾ ਨਾਲ ਸੰਬੰਧਾਂ ਦੀ, ਸੈਣੀ ਤੇ ਇਜ਼ਹਾਰ ਆਲਮ ਅੜਗੇ, ਇਹਨਾਂ ਮਸਲਿਆਂ ਦੇ ਬਾਰੇ ਅਕਾਲੀ ਦਲ ਬਾਦਲ ਪਰਿਵਾਰ ਮਾਫ਼ੀ ਮੰਗੇ, ਸਪਸ਼ਟਤਾ ਕਰੇ। ਇਹ ਇੱਕ ਵਕਤ ਸੀਗਾ, ਪਰ ਜਦੋਂ ਦੂਜੇ ਸਿਆਸੀ ਦਲਾਂ ਨੂੰ, ਕਾਂਗਰਸ ਨੂੰ, ਆਮ ਆਦਮੀ ਪਾਰਟੀ ਨੂੰ ਇਹਦਾ ਸਿਆਸੀ ਲਾਹਾ ਮਿਲ ਚੁੱਕਿਆ ਹੈ, ਹੁਣ ਤਾਂ ਉਹ ਵੀ ਨਹੀਂ ਕਹਿੰਦੇ ਕਿਉਂਕਿ ਲੋਕਾਂ ਨੂੰ ਇਹ ਵੀ ਚੇਤਾ ਵਾ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਕਿਹੜਾ ਇਨਸਾਫ਼ ਦੇ ਤਾ। ਐਸ ਮੌਕੇ ਕੋਈ ਵੀ ਸਿਆਸੀ ਦਲ ਬਾਦਲ ਕਿਆਂ ਨੂੰ ਨਹੀਂ ਕਹਿੰਦਾ ਕਿ ਤੁਸੀਂ ਜੀ ਬਰਗਾੜੀ ਤੇ ਬਹਿਬਲ ਕਾਂਡ ਦਾ ਇਨਸਾਫ਼ ਨਹੀਂ ਦਿੱਤਾ, ਤੁਸੀਂ ਅਕਾਲ ਤਖ਼ਤ ਤੇ ਪੇਸ਼ ਹੋ। ਹੁਣ ਤਾਂ ਸਿੱਖ ਸੰਗਤ ਵੀ ਨਹੀਂ ਕਹਿੰਦੀ। ਅਸਲੀਅਤ ਗੱਲ ਇਹ ਆ ਕਿ ਹੁਣ ਇੱਕ ਵੀ ਸਿੱਖ ਨਹੀਂ ਚਾਹੁੰਦਾ, ਨਹੀਂ ਕਹਿੰਦਾ ਕਿ ਮਾਫ਼ੀ ਮੰਗੋ ਜਾਂ ਅਕਾਲ ਤਖ਼ਤ ਤੇ ਜਾਓ। ਇਹਨਾਂ ਨੇ ਮਾਫ਼ੀ ਸ਼ਬਦ ਦੇ ਨਾਂ ਨਾਲ, ਅੱਖਰ ਨਾਲ ਜਿਸ ਤਰੀਕੇ ਦਾ ਮਜ਼ਾਕ ਬਣਾਇਆ ਪਿਛਲੇ ਦਿਨਾਂ ਦੇ ਵਿੱਚ, ਉਹਦੇ ਤੋਂ ਹਰ ਇੱਕ ਸਿੱਖ ਦੁਖੀ ਆ ਤੇ ਕੋਈ ਵੀ ਸਿੱਖ ਹੁਣ ਇਸ ਗੱਲ ਨੂੰ ਛੇੜਦਾ ਹੀ ਨਹੀਂ। ਜਦੋਂ ਇਹਨਾਂ ਨੂੰ ਕਹਿ ਰਹੇ ਸੀ ਉਹ ਵੀ ਇੱਕ ਵਕਤ ਸੀ, ਫਿਰ ਹੌਲੀ ਹੌਲੀ ਅੱਕ ਕੇ ਸਾਰਿਆਂ ਨੇ ਮੰਨ ਲਿਆ ਵੀ ਇਹਨਾਂ ਤੇਲਾਂ 'ਚ ਤੇਲ ਨਹੀਂ ਹੈਗਾ, ਇਹਨਾਂ ਨੇ ਨਹੀਂ ਇਸ ਗੱਲ ਤੇ ਆਉਣਾ, ਛੱਡੋ ਪਰ। ਹੁਣ ਕੋਈ ਵੀ ਸਿੱਖ ਜਾਂ ਕੋਈ ਵੀ ਸਿਆਸੀ ਵਿਰੋਧੀ ਬਾਦਲ ਕਿਆਂ ਨੂੰ ਕਹਿੰਦਾ ਹੀ ਨਹੀਂ ਤੇ ਇਹਦਾ ਇਹ ਸੰਗਤ ਨੇ ਦਿਲ ਵਿੱਚ ਪੰਜਾਬ ਦੇ ਲੋਕਾਂ ਨੇ ਵਸਾ ਲਿਆ। ਜਿਹੜੀ ਗੱਲ ਵੱਡਾ ਬਾਦਲ ਕਹਿੰਦਾ ਹੁੰਦਾ ਸੀ ਵੀ ਸਾਨੂੰ ਗਾਲਾਂ ਨਾ ਕੱਢੋ, ਵੱਧ ਤੋਂ ਵੱਧ ਸਾਨੂੰ ਵੋਟਾਂ ਹੀ ਪਾਉਣੀਆਂ ਸੀ ਨਾ, ਤੁਸੀਂ ਜੇ ਇੰਨੇ ਮਾੜੇ ਲੱਗਦੇ ਆ ਤੇ ਸਾਨੂੰ ਤੁਸੀਂ ਵੋਟ ਨਾ ਪਾਓ। ਸੋ ਇਸ ਸਾਰੇ ਪ੍ਰਕਰਨ ਤੋਂ ਬਾਅਦ ਅੱਜ ਦਾ ਦੌਰ ਆਉਂਦਾ ਜਦੋਂ ਬਾਦਲ ਕਿਆਂ ਦੇ ਇੱਕ ਹਿੱਸੇ ਨੂੰ ਇਹ ਮਹਿਸੂਸ ਹੋਇਆ ਕਿ ਹੁਣ ਤਾਂ ਸਾਨੂੰ ਲੋਕ ਕਹਿਣੋ ਵੀ ਹਟ ਗਏ ਤੇ ਸਿੱਧਾ ਜਿਹਾ ਮਨ ਚ ਵਸਾ ਲਿਆ ਸਿੱਖਾਂ ਨੇ, ਪੰਜਾਬ ਦੇ ਲੋਕਾਂ ਨੇ ਕਿ ਠੀਕ ਆ ਜੀ ਤੁਸੀਂ ਫਿਰ ਸਰਸੇ ਵਾਲੇ ਦੀਆਂ ਵੋਟਾਂ ਨਾਲ ਹੀ ਸਾਰ ਲਓ। ਤੋ ਉਹ ਮਾਹੌਲ ਇਹ ਬਣ ਗਿਆ ਕਿ ਵੋਟ ਵੀ ਨਹੀਂ ਪੈਂਦੀ ਤੇ ਕੋਈ ਕਹਿੰਦਾ ਵੀ ਨਹੀਂ। ਇੰਨੀ ਦੁਰਗਤੀ, ਇੰਨਾ ਮਾੜਾ ਹਾਲ ਕਦੇ ਵੀ ਅਕਾਲੀ ਦਲ ਦਾ ਨਹੀਂ ਹੋਇਆ ਪਿਛਲੇ ਸਾਰੇ ਇਤਿਹਾਸ ਵਿੱਚ। ਅਕਾਲੀ ਦਲ ਪੰਥ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਸ਼ਬਦ ਹੀ ਨਹੀਂ, ਇਹਦੇ ਨਾਲ ਬਹੁਤ ਵੱਡਾ ਸਾਡਾ ਇਤਿਹਾਸ ਜੁੜਿਆ ਹੋਇਆ। ਜੇ ਲੋਕ ਇਸ ਕਦਰ ਇਸ ਤਰੀਕੇ ਨਾਲ ਅਲਰਜਿਕ ਹੋ ਗਏ ਕਿ ਯਾਰ ਤੁਹਾਨੂੰ ਕਹਿਣਾ ਵੀ ਨਹੀਂ ਤੇ ਵੋਟ ਵੀ ਨਹੀਂ ਤੁਹਾਨੂੰ ਪਾਉਣੀ ਤੇ ਫੈਸਲਾ ਕਰ ਲਿਆ, ਉਸ ਮਾਹੌਲ ਦੇ ਵਿੱਚ ਜਿਹੜੇ
ਗਰਾਊਂਡ ਨਾਲ ਜ਼ਮੀਨ ਨਾਲ ਜੁੜੇ ਹੋਏ ਵਰਕਰ ਨੇ ਜਿਹੜੇ ਆਗੂ ਨੇ ਉਹ ਕਿੰਨਾ ਕੁ ਟਾਈਮ ਸਬਰ ਕਰਦੇ। ਉਹਨਾਂ ਨੇ ਸਰਬੀਰ ਸਿੰਘ ਬਾਦਲ ਨੂੰ ਵਾਰ ਵਾਰ ਇਹ ਗੱਲ ਆਖੀ ਕਿ ਆਪਾਂ ਸੁਰਖਰੂ ਹੋਈਏ, ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਈਏ। ਉਹ ਕਹਿੰਦਾ ਅਸੀਂ ਮਾਫ਼ੀ ਮੰਗਤਾ ਲਈ, ਅਸੀਂ ਭਾਂਡੇ ਮਾਂਜਤਾ ਲੈ, ਇੱਕ ਵਾਰੀ ਅਸੀਂ ਉੱਥੇ ਜੋੜੇ ਮਾਂਜਤਾ ਜੋੜੇ ਸਾਫ਼ ਕਰਤਾ ਲੈ। ਸੱਚਾਈ ਇਹ ਆ ਕਿ ਆਪਣੇ ਤੌਰ ਤੇ ਇਹ ਸ਼ੋਸ਼ੇ ਕਰਨ ਤੋਂ ਬਾਅਦ ਸੁਖਬੀਰ ਹੋਣਾ ਨੇ ਸੁਰਖਰੂ ਹੋਇਆ, ਆਪਦੇ ਆਪ ਨੂੰ ਮੰਨਿਆ ਹੋਇਆ, ਪਰ ਪੰਥ ਦੀਆਂ ਕੌਮ ਦੀਆਂ ਭਾਵਨਾਵਾਂ ਕਿਤੇ ਹੋਰ ਖੜੀਆਂ ਨੇ। ਸੱਚਾਈ ਇਹ ਆ ਕਿ ਜੇਕਰ ਪੰਜ ਸਿੰਘ ਸਹਿਬਾਨ ਆਪਦੇ ਵੱਲੋਂ ਜੋ ਮਰਜ਼ੀ ਸਖ਼ਤ ਤੋਂ ਸਖ਼ਤ ਫੈਸਲਾ ਇਸ ਮਸਲੇ ਤੇ ਕਰ ਲੈਣ, ਪਰ ਲੋਕਾਂ ਨੇ ਇਹੀ ਕਹਿਣਾ ਕਿ ਨਹੀਂ ਜੀ ਸਾਡੀ ਤਸੱਲੀ ਨਹੀਂ ਹੈ। ਸੁਖਬੀਰ ਸਿੰਘ ਬਾਦਲ ਤੇ ਉਹਦੀ ਜੁੰਡਲੀ ਨੂੰ ਇਹ ਚਿੱਤ ਚੇਤਾ ਹੀ ਨਹੀਂ ਕਿ ਸਿੱਖਾਂ ਦੇ ਦਿਲ ਦਿਮਾਗ ਵਿੱਚ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਦਾ ਕਿੱਡਾ ਵੱਡਾ ਜ਼ਖਮ, ਕਿੱਡਾ ਵੱਡਾ ਦੁੱਖ ਹੈ। ਇਹਨਾਂ ਨੂੰ ਲੱਗਦਾ ਕਿ ਜਿਵੇਂ ਕਾਂਗਰਸ ਨੇ 1984 ਚ ਕੀਤਾ ਸੀ, ਸਿੱਖਾਂ ਨੇ 1985 ਚ ਵੋਟ ਨਹੀਂ ਪਾਈ, 1999 ਚ MP ਚੋਣ ਮੌਕੇ ਵੋਟ ਨਹੀਂ ਪਾਈ, ਪਰ ਚਲੋ ਮੰਨ ਲੈਂਦੇ ਹਾਂ ਕਿ 1992 ਵਾਲੇ ਬਿਆਂਤੇ ਗੁੱਚਣ ਵਾਲੀ ਸਰਕਾਰ ਧੱਕੇ ਨਾਲ ਬਣ ਗਈ, ਪਰ ਜਦੋਂ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਬਣਿਆ ਜਾਂ ਉਸ ਤੋਂ ਬਾਅਦ ਵਿੱਚ ਵੀ ਬਣਿਆ, ਤੇ ਉਦੋਂ ਤਾਂ ਫਿਰ ਕਾਂਗਰਸ ਨੂੰ ਵੋਟ ਪਾਈ ਹੋਈ ਆ, ਤੇ ਇਹ ਲੋਕ 5-10 ਸਾਲ ਭੁੱਲ ਜਾਣਗੇ, ਫਿਰ ਵੋਟ ਸਾਨੂੰ ਪਾ ਦੇਣਗੇ। ਜੇ ਕਾਂਗਰਸ ਦਾ ਜ਼ੁਲਮ ਭੁੱਲਿਆ ਜਾ ਸਕਦਾ ਹੈ ਤਾਂ ਸਾਡਾ ਕਿੱਡਾ ਕੁ ਕਾਂਡ ਆ, ਇਹਨਾਂ ਨੂੰ ਇਹ ਲੱਗਦਾ। ਪਰ ਆਮ ਸਿੱਖ ਦੇ ਦਿਲ ਦਿਮਾਗ ਵਿੱਚ ਕਹਾਣੀ ਕੁਛ ਹੋਰ। ਆਮ ਸਿੱਖ ਕਹਿੰਦਾ ਕਿ ਕਾਂਗਰਸ ਪੰਥ ਦੀ ਦਾਅਵੇਦਾਰ ਨਹੀਂ ਹੈ, ਕਾਂਗਰਸ ਪੰਥ ਦੀ ਦੁਸ਼ਮਣ ਜਮਾਤ ਆ, ਉਹਨੇ ਜੇ ਅਕਾਲ ਤਖ਼ਤ ਸਾਹਿਬ ਢਾਇਆ ਜਾਂ 1984 ਨੂੰ ਸਿੱਖਾਂ ਦੀ ਨਸਲਕੁਸ਼ੀ ਕੀਤੀ ਜਾਂ ਉਹਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ, ਇਹ ਤੋਂ ਬਿਨਾਂ ਹੋਰ ਵੀ ਸਿੱਖੀ ਦੀਆਂ ਜੜ੍ਹਾਂ ਵੱਢਣ ਵਿੱਚ ਬਹੁਤ ਕੁਛ ਕਾਂਗਰਸ ਨੇ ਕੀਤਾ, ਉਹ ਇੱਕ ਦੁਸ਼ਮਣ ਜਾਂ ਇੱਕ ਬਗਾਨੀ ਧਿਰ ਸੀ। ਪਰ ਅਕਾਲੀਓ, ਤੁਹਾਤੋਂ ਇਹ ਆਸ ਨਹੀਂ ਸੀ, ਪਰ ਅਕਾਲੀ ਦਲ ਨੇ ਤਾਂ ਜਿੱਥੇ ਡੇਰਾ ਸਰਸਾ ਦੇ ਉਹਨਾਂ ਦੁਸ਼ਟ ਪਾਪੀਆਂ ਦੀ ਠੋਕਵੀਂ ਹਮਾਇਤ ਕੀਤੀ, ਕਿੰਨਾ ਕੁ ਸਾਹਮਣੇ ਆਇਆ ਕਿ ਕਿਵੇਂ ਇਹ ਉਹਨਾਂ ਨੂੰ ਸਾਂਭਦੇ ਰਹਿ, ਲੁਕਾਉਂਦੇ ਰਹਿ, ਕਈ ਇਹੋ ਜਿਹੀਆਂ ਗਵਾਹੀਆਂ ਸਾਹਮਣੇ ਆਈਆਂ ਕਿ ਜਿਹੜੀ ਦਿੱਲੀ ਵਾਲੀ ਕੋਠੀ ਆ ਉੱਥੇ ਬੇਅਦਬੀ ਕਰਨ ਵਾਲੇ ਜਿਹੜੇ ਸੀ ਉਹਨਾਂ ਨੂੰ ਸਾਂਭਿਆ ਗਿਆ। ਇਹ ਸਾਰੇ ਕਾਸੇ ਦੇ ਵਿੱਚ ਬਾਦਲਕਿਆਂ ਦਾ ਪੰਥ ਵਿੱਚ ਬਹੁਤ ਵੱਡਾ ਇੱਕ ਜਿਹੜਾ ਹੈਗਾ ਵਿਰੋਧ ਆ ਉਹ ਬਣ ਚੁੱਕਿਆ ਹੋਇਆ। ਇਸ ਚੀਜ਼ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਹਦੀ ਨੇੜਲੀ ਜੁੰਡਲੀ ਜਿਹੜੀ ਆ ਨਾ ਕਦੇ ਸਮਝੀ ਆ, ਨਾ ਉਹਨੂੰ ਕਦੇ ਸਮਝ ਆ ਸਕਦੀ ਆ। ਇਹ ਅਸਲ ਵਿੱਚ ਕਿਸੇ ਦੇ ਪਰਵਰਿਸ਼ ਦਾ ਮਸਲਾ ਹੈ। ਜਿਹੜੇ ਸਾਡੇ ਆਮ ਲੋਕ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਜੰਮਦੇ ਪਲਦੇ, ਆਮ ਘਰਾਂ 'ਚ ਰਹਿੰਦੇ, ਗੁਰਦੁਆਰੇ ਜਾਂਦੇ, ਜੋੜ ਮੇਲਿਆਂ ਤੇ ਹਾਜ਼ਰੀਆਂ ਭਰਦੇ ਜਾਂ ਨਿਤਨੇਮ ਕਰਦੇ, ਇਕੱਠੇ ਹੋ ਕੇ ਸੁਖਮਨੀ ਸਾਹਿਬ ਦੇ ਪਾਠ ਕਰਦੇ ਜਾਂ ਕਿਤੇ ਕੋਈ ਹੋਰ ਵੱਡਾ ਹੋਲਾ ਮਹੱਲਾ ਜਾਂ ਕੋਈ ਸ਼ਹੀਦੀ ਜੋੜ ਮੇਲਾ ਉੱਥੇ ਸੇਵਾ ਕਰਦੇ, ਉਹਨਾਂ ਸਿੱਖਾਂ ਦੀ ਭਾਵਨਾ ਹੋਰ ਤਰੀਕੇ ਦੀ ਆ। ਇਹ ਜਿਹੜੇ ਸੋਨੇ ਦਾ ਮੂੰਹ ਚਮਚ ਲੈ ਕੇ ਜੰਮੇ ਸਰਦਾਰ ਸੁਖਬੀਰ ਸਿੰਘ ਬਾਦਲ ਵਰਗੇ,
ਇਹਨਾਂ ਨੂੰ ਪੰਥ ਦੀਆਂ ਭਾਵਨਾਵਾਂ ਨਾਲ ਕੋਈ ਮਤਲਬ ਨਹੀਂ। ਇਹਨਾਂ ਨੂੰ ਤਾਂ ਇਸ ਗੱਲ ਨਾਲ ਵੀ ਕੋਈ ਬਹੁਤਾ ਨਹੀਂ ਲੱਗ ਰਿਹਾ ਹੈ ਵੀ ਐਵੇਂ ਇਹ ਕਹੀ ਜਾਂਦੇ ਆ ਕਿ ਤੁਸੀਂ ਜੀ ਜਥੇਦਾਰ ਸਹਿਬਾਨ ਨੂੰ ਉੱਥੇ ਚੰਡੀਗੜ੍ਹ ਕਿਉਂ ਸੱਦਿਆ ਸੀ। ਇਹਨਾਂ ਨੂੰ ਬਾਦਲ ਕਿਆਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹਦੀ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਲੱਗਦੀ। ਉਹ ਕਹਿੰਦੇ ਐਵੇਂ ਮਰੀ ਜਾਂਦੇ ਆ ਸਿੱਖ ਕਮਲੇ ਜੀ। ਉਹ ਜਿਹੜੇ ਕਿਸੇ ਕੌਮ ਦੇ ਵਿੱਚ ਜਾਂ ਕਿਸੇ ਕੌਮ ਦੀ ਇੱਕ ਧਿਰ ਦੇ ਵਿੱਚ, ਕੌਮ ਦੀ ਇੱਕ ਖਾਸ ਧਿਰ ਦੇ ਵਿੱਚ ਇਸ ਤਰੀਕੇ ਦਾ ਖਿਆਲ ਵਾਲਾ ਵਰਗ ਆਵੇਗਾ ਤਾਂ ਉੱਥੇ ਪੁਆੜੇ ਪੈਣੇ ਹੀ ਪੈਣੇ। ਸੱਚਾਈ ਇਹ ਆ ਕਿ ਜਿਹੜੀ ਸਾਡੀ ਮੌਜੂਦਾ ਅਕਾਲੀ ਲੀਡਰਸ਼ਿਪ ਕਹਾਉਣ ਵਾਲੀ ਸਾਰੀ ਦੀ ਸਾਰੀ ਟੀਮ ਆ, ਇਹਦੇ ਵਿੱਚ ਉਹ ਤੱਤ ਹੈ ਹੀ ਨਹੀਂ ਜਿਹੜਾ ਸਿੱਖੀ ਜਾਂ ਸਿੱਖ ਜਜ਼ਬਾਤਾਂ ਦੀ ਕੋਈ ਕਦਰ ਕਰਦਾ ਹੋਵੇ, ਉਹਨੂੰ ਸਮਝਦਾ ਹੋਵੇ। ਇਹ ਕਹਿੰਦੇ ਜਾਂ ਕਹਾਉਂਦੇ ਅਕਾਲੀ ਆਪਦੇ ਆਪ ਨੂੰ ਜ਼ਰੂਰ ਆ, ਪਰ ਪੰਥ ਪ੍ਰਤੀ ਕੌਮ ਪ੍ਰਤੀ ਜਿਹੋ ਜਿਹੀ ਸੰਵੇਦਨਾ ਦੀ ਲੋੜ ਹੁੰਦੀ ਆ ਕਿਸੇ ਅਕਾਲੀ ਅੰਦਰ, ਉਹ ਤਾਂ ਇਹਨਾਂ ਦੇ ਨੇੜੇ ਤੇੜੇ ਵੀ ਨਹੀਂ ਹੈਗੀ। ਤੋ ਇਹਨਾਂ ਦੀ ਹਰ ਗੱਲ ਵਿੱਚ ਸਿਆਸਤ ਪਈ ਆ, ਜਾਂ ਅਗਲੀ ਗੱਲ ਵੀ ਪੈਸਾ, ਵਪਾਰ, ਸਵਾਰਥ, ਇਹ ਸਾਰਾ ਕੁਛ ਪਿਆ। ਇਸ ਮਾਹੌਲ ਦੇ ਵਿੱਚ ਜੇਕਰ ਕੋਈ ਸਿੱਖ ਇਹ ਸਮਝਦਾ ਹੋਵੇ ਕਿ ਇਹ ਬੜੇ ਕੌਮ ਪ੍ਰਸਤ ਨੇ, ਇਹ ਬੜੇ ਪੰਥ ਪ੍ਰਸਤ ਨੇ, ਇਹਨਾਂ ਨੂੰ ਪੰਜਾਬ ਦੇ ਹਿੱਤਾਂ ਦੀ, ਪੰਥ ਦੇ ਹਿੱਤਾਂ ਦੀ ਬੜੀ ਟੈਨਸ਼ਨ, ਬੜੀ ਚਿੰਤਾ ਰਹਿੰਦੀ ਹੋਊ, ਇਹ ਗੱਲਾਂ ਸਾਰੀਆਂ ਫਜ਼ੂਲ ਨੇ। ਉਹ ਸੰਤ ਰੂਪ ਅਕਾਲੀ ਹੋਰ ਸੀ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਮੌਕੇ ਡੀਟੀ ਦੀਆਂ ਡਾਂਗਾਂ ਖਾਧੀਆਂ, ਨਰੈਣੂ ਮਹੰਤ ਵਰਗਿਆਂ ਦੇ ਸਾਹਮਣੇ ਖੜ ਕੇ ਕੌਮ ਦੀ ਲੜਾਈ ਲੜੀ, ਉਹ ਹੋਰ ਚੀਜ਼ ਸੀ। ਉਹ ਵਿਚਾਰੇ ਸੰਤ ਸੀ, ਇਹ ਤਾਂ ਸਾਰੇ ਚੋਰ ਨੇ, ਉਹ ਅਕਾਲੀ ਹੋਰ ਸੀ, ਇਹ ਅਕਾਲੀ ਹੋਰ ਨੇ। ਇਸ ਸਾਰੇ ਕਾਸੇ ਦੇ ਪਿੱਛੇ ਅਸਲ ਵਿੱਚ ਭਾਰਤੀ ਹਕੂਮਤ ਦੀਆਂ ਉਹ ਚਾਲਾਂ ਵੀ ਨੇ ਜਿਹੜੀਆਂ ਚਾਹੁੰਦੀਆਂ ਸੀ ਕਿ ਪੰਥ ਵਿੱਚ ਅਕਾਲੀਆਂ ਦਾ ਸੱਤਿਆ ਨਾਸ਼ ਹੋ ਜਾਏ, ਅਕਾਲੀਆਂ ਦਾ ਜਿਹੜਾ ਪੰਥ ਵਿੱਚ ਭਰੋਸਾ ਵਾ ਉਹ ਖਤਮ ਹੋ ਜਾਏ। ਕਿਸੇ ਵੇਲੇ ਜਨਸੰਘ ਦੇ ਲੀਡਰ ਜਿਹੜੀ ਅੱਜ ਬੀਜੇਪੀ ਆ, ਉਹ ਅਕਾਲੀਆਂ ਤੋਂ ਬੜੇ ਇਸ ਗੱਲੋਂ ਅਜੀਬ ਜਿਹਾ ਮਹਿਸੂਸ ਕਰਦੇ ਸੀ ਕਿ ਇਹਨਾਂ ਦੇ ਇੱਕ ਬੋਲ ਦੇ ਉੱਤੇ ਹੀ ਕਿਵੇਂ ਪੰਜਾਬ ਸਾਰੇ ਦਾ ਸਾਰਾ ਮੋਰਚੇ ਲਾ ਦਿੰਦਾ। ਜਦੋਂ ਪੰਜਾਬੀ ਸੂਬਾ ਮੋਰਚਾ ਜਾਂ ਹੋਰ ਮੋਰਚੇ ਲੱਗੇ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਅੱਜ ਕੱਲ੍ਹ ਵਰਗਾ ਮਾਹੌਲ ਨਹੀਂ ਸੀਗਾ ਕਿ ਯੂਟਿਊਬ ਚੈਨਲ ਨੇ ਜਾਂ ਸੋਸ਼ਲ ਮੀਡੀਆ, ਉਦੋਂ ਲੋਕਾਂ ਕੋਲੇ ਅਖਬਾਰਾਂ ਰਾਹੀਂ ਜਾਂ ਕਿਸੇ ਹੋਰ ਢੰਗ ਤਰੀਕੇ ਰਾਹੀਂ ਜਦੋਂ ਖਬਰ ਪਹੁੰਚਦੀ ਸੀ ਕਿ ਅਕਾਲੀ ਦਲ ਨੇ ਮੋਰਚਾ ਲਾ ਤਾ ਤਾਂ ਸਾਡੇ ਬਜ਼ੁਰਗ ਇਸ ਗੱਲ ਵਿੱਚ ਬਹੁਤਾ ਨਹੀਂ ਸੀ ਫਿਕਰ ਕਰਦੇ ਵੀ ਕਿਸ ਮੰਤਵ ਲਈ ਜਾਂ ਕਿਸ ਮਕਸਦ ਲਈ ਮੋਰਚਾ ਲਾਇਆ। ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਸੀ ਵੀ ਜੇ ਅਕਾਲੀ ਦਲ ਨੇ ਮੋਰਚਾ ਲਾਇਆ ਤਾਂ ਪੰਥ ਦੇ ਹਿੱਤਾਂ ਲਈ ਹੀ ਲਾਇਆ ਹੋਣਾ, ਚਲੋ ਚੱਲੀਏ। ਇਹੋ ਜਿਹੇ ਸਾਡੇ ਚੁਟਕਲੇ ਬਣੇ ਹੋਏ ਆ ਕਿ ਕਿਸੇ ਪਿੰਡ ਦੇ ਵਿੱਚ ਕੋਈ ਕਾਮਰੇਡ ਆਪਦੇ ਪੰਥ ਆਪਦੇ ਹਿਸਾਬ ਨਾਲ ਲੋਕਾਂ ਨੂੰ ਸਮਝਾਉਣ ਆਇਆ ਹੋਇਆ ਸੀ ਤੇ ਥੜੇ ਉੱਤੇ ਖੜ ਕੇ ਤਕਰੀਰ ਕਰ ਰਿਹਾ ਸੀ, ਉਹਦੇ ਮੂਹਰੇ ਬਹੁਤ ਸਾਰੇ ਪਿੰਡ ਦੇ ਲੋਕ ਬੈਠੇ ਖੜੇ ਉਹਦੀ ਗੱਲ ਸੁਣ ਰਹੇ ਸੀ। ਉਹ ਬੜਾ ਜਜ਼ਬੇ ਨਾਲ, ਬੜਾ ਧੜੱਲੇ ਨਾਲ ਬੋਲ ਬੋਲ ਕੇ ਦੱਸ ਰਿਹਾ ਸੀ ਵੀ ਇਹ ਅਕਾਲੀਆਂ ਦਾ ਕੰਮ ਕੀ ਫੜਿਆ, ਤੀਜੇ ਕੁ ਦਿਨ ਮੋਰਚਾ ਲਾ ਦਿੰਦੇ ਆ, ਆਹ ਅੱਜ ਪਤਾ ਲੱਗਿਆ ਕਿ ਨਵਾਂ ਫੇਰ ਮੋਰਚਾ ਇਹਨਾਂ ਨੇ ਸ਼ੁਰੂ ਕਰਤਾ। ਉਹ ਜਿਹੜੇ ਮੂਹਰੇ ਖੜੇ ਸੀ ਉਹ ਕਹਿੰਦੇ ਅੱਛਾ ਮੋਰਚਾ ਸ਼ੁਰੂ ਕਰਤਾ, ਲੈ ਸਾਨੂੰ ਪਤਾ ਹੀ ਨਹੀਂ ਲੱਗਿਆ। ਉਹਨਾਂ ਨੇ ਉੱਥੋਂ ਹੀ ਜਿਹੜਾ ਪਰਨੇ ਆਪਦੇ ਚੱਕੇ ਤੇ ਅਕਾਲੀ ਦਲ ਦੇ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਤੁਰ ਪਏ। ਉਹ ਦੇਖੇ ਤਾਂ ਤਾਂ ਵੀ ਆਹ ਚੰਗੀ ਗੱਲ ਆ ਇਹਨਾਂ ਦੀ। ਸੋ ਜਿਹੜਾ ਪੰਥ ਦੇ ਅੰਦਰ ਅਕਾਲੀਆਂ ਦਾ ਭਰੋਸਾ ਸੀ, ਜੋ ਸਿੱਖ ਮਨਾਂ ਦੇ ਵਿੱਚ ਭਰੋਸਾ ਸੀ,
ਪਿੰਡ ਦੇ ਵਿੱਚ ਸਭ ਤੋਂ ਘੈਂਟ ਦਾ ਸਭ ਤੋਂ ਵਧੀਆ ਸ਼ਾਨ ਵਾਲੇ ਬੰਦੇ ਕੌਣ ਸੀ? ਅਕਾਲੀ। ਤੇ ਉਸ ਅਕਾਲੀਆਂ ਦੇ ਘਰ ਵਿੱਚ ਲੋਕਾਂ ਨੇ ਜਾਣਾ, ਕੋਈ ਦੁੱਖ ਤਕਲੀਫ ਆ, ਕਿਸੇ ਦਾ ਕੋਈ ਚੱਕਰ ਪੈ ਗਿਆ, ਉਸ ਘਰ ਕੋਲੇ ਜਾਣਾ ਤੇ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਹ ਸਾਡਾ ਸਾਥ ਸਹਿਯੋਗ ਦੇਣਗੇ। ਥਾਣੇ ਕਚਹਿਰੀਆਂ ਦੇ ਵਿੱਚ ਪੁਲਿਸ ਦੇ ਅਫਸਰ ਜਾਂ ਹੋਰ ਦਫ਼ਤਰਾਂ ਦੇ ਵਿੱਚ ਅਧਿਕਾਰੀ ਅਕਾਲੀ ਅਕਾਲੀਆਂ ਦਾ ਇੱਕ ਖੌਫ, ਇੱਕ ਸਤਿਕਾਰ ਮੰਨਦੇ ਸੀ ਕਿ ਇਹ ਕਿਸੇ ਗਲਤ ਕੰਮ ਨੂੰ ਨਹੀਂ ਆਉਂਦੇ, ਇਹ ਕੋਈ ਰਿਸ਼ਵਤਖੋਰ ਬੰਦੇ ਨਹੀਂ ਹੈ, ਇਹ ਸਾਫ਼ ਸੁਥਰੇ ਬੰਦੇ ਆ। ਇਸ ਤਰ੍ਹਾਂ ਦੇ ਕਿਰਦਾਰ ਨੇ ਜਿਹੜਾ ਪੰਜਾਬ ਦੇ ਆਮ ਲੋਕਾਂ ਦੇ ਦਿਲ ਦਿਮਾਗ ਵਿੱਚ ਅਕਾਲੀਆਂ ਦਾ ਭਰੋਸਾ ਬਰਕਰਾਰ ਕੀਤਾ ਹੋਇਆ ਸੀ, ਉਹ ਬੜੀ ਵੱਡੀ ਗੱਲ ਸੀ। ਉਸ ਗੱਲ ਨੂੰ ਜਨਸੰਘ ਵਾਲਿਆਂ ਨੇ, ਜਿਹੜੇ ਅੱਜ ਬੀਜੇਪੀ ਆ, ਉਹਨਾਂ ਨੇ ਸਮਝਿਆ ਤੇ ਉਹਨਾਂ ਨੇ ਆਪਣੇ ਹਿੰਦੂ ਭਾਈਚਾਰੇ ਵਿੱਚ ਉਸ ਤਰੀਕੇ ਦਾ ਭਰੋਸਾ, ਉਸ ਤਰੀਕੇ ਦਾ ਸਤਿਕਾਰ ਹਾਸਲ ਕਰਨ ਲਈ ਬਹੁਤ ਲੰਮੀ ਇੱਕ ਯੋਜਨਾਬੰਦੀ ਕੀਤੀ, ਜਿਹਦਾ ਨਤੀਜਾ ਅੱਜ ਮੋਦੀ ਹੁਣੀ ਲਗਾਤਾਰ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਬਣ ਰਹੇ। ਬੀਜੇਪੀ ਨਾਲ ਮੇਲ ਮਿਲਾਪ ਕਰਕੇ ਅਕਾਲੀ ਦਲ ਨੇ ਤਾਂ ਆਪਦਾ ਰੰਗ ਛੱਡ ਦਿੱਤਾ ਤੇ ਅਕਾਲੀ ਦਲ ਦਾ ਰੰਗ ਬੀਜੇਪੀ ਵਾਲਿਆਂ ਨੇ ਅਪਣਾ ਲਿਆ। ਤੁਸੀਂ ਦੇਖ ਸਕਦੇ ਹੋ ਕਿ ਅਕਾਲੀ ਦਲ ਦੇ ਜਿਹੜੇ ਆਗੂ ਨੇ ਕਿਸੇ ਵੇਲੇ ਉਹ ਪੰਥ ਨੂੰ ਸਮਰਪਿਤ ਹੁੰਦੇ ਸੀ, ਅੱਜ ਉਹ ਪੰਥ ਨੂੰ ਸਮਰਪਿਤ ਨਹੀਂ ਹੈਗੇ। ਇਹਦੇ ਉਲਟ ਬੀਜੇਪੀ ਦੇ ਆਗੂ ਹਿੰਦੂ ਧਰਮ ਨੂੰ ਸਮਰਪਿਤ ਨੇ। ਬੇਸ਼ੱਕ ਉਹਨਾਂ ਨੂੰ ਕਿੱਡੀ ਵੀ ਵੱਡੀ ਕੋਈ ਵਿਪਤਾ ਪੈ ਜੇ, ਕਿੱਡਾ ਵੀ ਵੱਡਾ ਬੋਝ ਝੱਲਣਾ ਪੈ ਜੇ, ਉਹ ਆਪਦੀ ਕੌਮ ਦੇ ਉਹਨਾਂ ਹਿੰਦੂ ਤਵੀਆਂ ਦੀ ਹਮਾਇਤ ਵਿੱਚ ਫੋਕ ਵਜਾ ਕੇ ਭੁਗਤਦੇ ਨੇ ਜਿਨ੍ਹਾਂ ਨੇ ਹਿੰਦੂ ਤਵ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਚਾਹੇ ਕਿਸੇ ਵੀ ਤਰੀਕੇ ਦਾ ਕੁਛ ਕੀਤਾ ਹੋਵੇ, ਜਿੰਨਾ ਮਰਜ਼ੀ ਵਿਰੋਧ ਹੋ ਰਿਹਾ ਹੋਵੇ, ਜਿੰਨਾ ਮਰਜ਼ੀ ਮੀਡੀਆ ਦੇ ਵਿੱਚ ਉਹਨਾਂ ਨੂੰ ਆਲੋਚਨਾ ਸਹਿਣੀ ਪਵੇ, ਉਹ ਕੱਖ ਪਰਵਾਹ ਨਹੀਂ ਕਰਦੇ। ਕਿਸੇ ਵੇਲੇ ਅਕਾਲੀ ਦਲ ਦਾ ਵੀ ਇਹੀ ਹਿਸਾਬ ਕਿਤਾਬ ਹੁੰਦਾ ਸੀ, ਜਿਸ ਅਕਾਲੀ ਲੀਡਰ ਦੇ ਖਿਲਾਫ ਪੂਰਾ ਮੀਡੀਆ ਪਿੱਟ ਰਿਹਾ ਹੁੰਦਾ ਸੀ, ਲੋਕਾਂ ਨੂੰ ਗੁਮਰਾਹ ਕਰਕੇ ਕਾਂਗਰਸ ਜਾਂ ਕੋਈ ਹੋਰ ਉਹਨਾਂ ਨੂੰ ਭੜਕਾ ਰਿਹਾ ਹੁੰਦਾ ਸੀ, ਅਕਾਲੀ ਦਲ ਦੇ ਲੀਡਰ ਆਪਦੇ ਲੀਡਰ ਦੇ ਮਗਰ ਖੜਦੇ ਸੀ, ਆਪਦੇ ਆਗੂ ਦੇ ਮਗਰ ਖੜਦੇ ਸੀ। ਅੱਜ ਤੁਸੀਂ ਦੇਖ ਸਕਦੇ ਹੋ ਸਾਧਵੀ ਪ੍ਰਗਿਆ ਵਰਗਿਆਂ ਨੂੰ ਸਾਰਾ ਸੰਸਾਰ ਜਿਹੋ ਜਿਹਾ ਮਰਜ਼ੀ ਦੇਖਦਾ ਹੋਵੇ, ਪਰ ਬੀਜੇਪੀ ਵਾਲੇ ਉਹਨਾਂ ਨੂੰ ਆਪਦਾ ਹਿੱਕ ਦਾ ਵਾਲ ਬਣਾ ਕੇ ਰੱਖਦੇ ਆ ਕਿ ਹਿੰਦੂ ਧਰਮ ਲਈ ਲੜੇ। ਤੇ ਸਾਡੀ ਅਕਾਲੀ ਦਲ ਦੀ ਜਿਹੜੀ ਸੋਚ ਆ ਉਹ ਕਿਹੋ ਜਿਹੀ ਆ ਕਿ ਇਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਕੌਮੀ ਦਰਦ ਰੱਖਣ ਵਾਲਿਆਂ ਵਿੱਚੋਂ ਵੀ ਦੂਰੀ, ਉਹਨਾਂ ਨੂੰ ਕਹਿੰਦੇ ਜੀ ਅੱਤਵਾਦੀ ਆ। ਹਿੰਦੂ ਤਵੀਏ ਉਹਨਾਂ ਦਾ ਪਿਆਰ ਸਤਿਕਾਰ ਕਰਦੇ ਆ, ਉਹਨਾਂ ਨੂੰ ਉੱਚੀਆਂ ਪੋਸਟਾਂ ਦਿੰਦੇ ਆ, ਉਹਨਾਂ ਨੂੰ MLA MP ਬਣਾਉਂਦੇ ਆ ਜਿਨ੍ਹਾਂ ਨੇ ਹਿੰਦੂ ਤਵ ਲਈ ਕੁਛ ਕੀਤਾ ਹੋਵੇ। ਤੇ ਸਾਡੇ ਅਕਾਲੀ ਦਲ ਦਾ ਕੰਮ ਉਲਟ ਵਾ ਕਿ ਹਰ ਉਸ ਬੰਦੇ ਨੂੰ ਡੱਕਰਨਾ ਜਿਹੜਾ ਪੰਥ ਲਈ ਕੌਮ ਲਈ ਲੜਿਆ ਮਰਿਆ ਹੋ। ਕੌਮ ਪ੍ਰਸਤੀ, ਜੇ ਕੋਈ ਹਿੰਦੂ ਕੌਮ ਪ੍ਰਸਤ ਹੈ ਉਹਨੂੰ ਬੀਜੇਪੀ ਵਾਲੇ ਪੂਰਾ ਹਿੱਕ ਦਾ ਵਾਲ ਬਣਾ ਕੇ ਨਾਲ ਲਾ ਕੇ ਰੱਖਦੇ ਆ ਤੇ ਸਾਡੇ ਵਾਲੇ ਉਹਨਾਂ ਨੂੰ ਪਰਾਂ ਨੂੰ ਭਜਾਉਂਦੇ ਆ। ਉਹ ਇਹ ਸਾਰਾ ਕੁਛ ਕਿਵੇਂ ਵਾਪਰਿਆ? ਇਹਦੀਆਂ ਜੜਾਂ ਜਿਹੜੀਆਂ ਨੇ ਉਹ 1994 ਦੇ ਵਿੱਚ ਜਦੋਂ ਮੋਗਾ ਕਾਨਫਰੰਸ ਹੋਈ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਪੰਜਾਬੀ ਪਾਰਟੀ ਬਣਾਉਣੀ,
ਪੰਜਾਬੀ ਪਾਰਟੀ ਬਣਾਉਣ ਨਾਲ ਅਕਾਲੀ ਦਲ ਦਾ ਪੰਥਕ ਸਰੂਪ, ਪੰਥਕ ਚਿਹਰਾ ਮੋਹਰਾ ਜਿਹੜਾ ਉਹ ਬਿਲਕੁਲ ਖਤਮ ਹੋਣ ਪਾਸੇ ਜਾਏਗਾ, ਇਹਦਾ ਉਦੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਵਿਰੋਧ ਕੀਤਾ ਸੀ। ਇਸ ਗੱਲ ਨੂੰ ਸਮਝਣ ਦੀ ਲੋੜ ਆ। ਜਦੋਂ ਆਪਾਂ ਇਹ ਕਹਿੰਦੇ ਹਾਂ ਕਿ ਜੀ ਸਿੱਖ ਜਿਹੜੇ ਨੇ ਉਹ ਇਕੱਲਾ ਪੰਜਾਬ ਕਾਹਤੋਂ ਮੰਗਦੇ ਆ, ਸਿੱਖ ਤਾਂ ਪੂਰੇ ਭਾਰਤ ਨੂੰ ਖਾਲਿਸਤਾਨ ਬਣਾਉਣ, ਤੇ ਇਹ ਗੱਲ ਉਵੇਂ ਆ ਵੀ ਨਾ ਨੌਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਸਾਰੇ ਭਾਰਤ ਨੂੰ ਖਾਲਿਸਤਾਨ ਬਣਾ ਨਹੀਂ ਸਕਦੇ, ਪੰਜਾਬ ਵਾਲਾ ਤੁਸੀਂ ਕੰਮ ਖਤਮ ਕਰਕੇ ਬਹਿ ਗਏ। ਇਹ ਉਵੇਂ ਹੀ ਕੀਤਾ ਗਿਆ ਕਿ ਪੰਜਾਬੀ ਪਾਰਟੀ ਸਾਨੂੰ ਤਾਂ ਆਪਦੇ ਪੰਥਕ ਹਿੱਤਾਂ ਵਾਲੀ ਕੌਮ ਦੇ ਹਿਸਾਬ ਨਾਲ ਚੱਲਣ ਵਾਲੀ ਸਿਆਸੀ ਜਮਾਤ ਦੀ ਲੋੜ ਸੀ। ਜਿਹੜਾ ਅਕਾਲੀ ਦਲ ਪੰਜਾਬੀ ਪਾਰਟੀ ਬਣਿਆ ਉਹਦਾ ਬੇੜਾ ਗਰਕ ਇੱਕ ਨਾ ਇੱਕ ਦਿਨ ਲਾਜ਼ਮੀ ਹੋਣਾ ਸੀ ਤੇ ਅੱਜ ਹੋ ਚੁੱਕਿਆ। ਉਸ ਅਕਾਲੀ ਦਲ ਨੂੰ ਜਿਹੜਾ ਪੰਥ ਨੂੰ ਸਮਰਪਿਤ ਹੋਵੇ ਉਹਦੇ ਕੋਲੋਂ ਕਦੇ ਆਸ ਹੋ ਹੀ ਨਹੀਂ ਸਕਦੀ ਵੀ ਉਹ ਪੰਥ ਦੁਖੀ ਤਾਕਤਾਂ ਨਾਲ ਮੇਲ ਜੋਲ ਰੱਖੂਗਾ। ਜਿਹੜਾ ਪੰਜਾਬੀ ਪਾਰਟੀ ਬਣਿਆ ਹੋਇਆ ਅਕਾਲੀ ਦਲ ਆ ਉਹ ਸਰਸੇ, ਬਿਆਸ, ਪਨਿਹਾਰੇ, ਕੂਕੇ ਤੇ RSS, ਕਾਮਰੇਡ ਅਤੇ ਹੋਰ ਐਂਟੀ ਸਿੱਖ ਤਾਕਤਾਂ ਨਾਲ ਤਾਲਮੇਲ ਬਣਾਉਣ ਮੌਕੇ ਭੋਰਾ ਨਹੀਂ ਝਿਲਕੂਗਾ ਜਿਵੇਂ ਹੁਣ ਨਹੀਂ ਝਿਲਕਦਾ ਰਿਹਾ। ਜਿਹੜਾ ਅਕਾਲੀ ਦਲ ਬੀਤੇ ਦੌਰ ਵਿੱਚ ਜਦੋਂ ਉਹ ਪੰਥ ਨੂੰ ਸਮਰਪਿਤ ਸੀ, ਜੇਕਰ ਕਾਂਗਰਸ ਉਹਦੀਆਂ ਸਰਕਾਰਾਂ ਤੋੜਦੀ ਸੀ ਜਾਂ ਕੋਈ ਉਹਦੇ ਤੋਂ ਬਹੁਤ ਵੱਡੀ ਕਿਸੇ ਮੌਕੇ ਗਲਤੀ ਹੋ ਜਾਂਦੀ ਸੀ ਤਾਂ ਆਮ ਸਿੱਖ ਇਹ ਸਮਝਦਾ ਸੀ ਕਿ ਇਹ ਸਾਡੇ ਆਮ ਸਧਾਰਨ ਪੇਂਡੂ ਅਕਾਲੀ ਭਰਾ ਨੇ, ਇਹ ਇਹਨਾਂ ਨੂੰ ਉਨੀ ਸਿਆਸਤ ਦੀ ਸਮਝ ਨਹੀਂ ਹੈ, ਸੋ ਕਾਂਗਰਸ ਵਾਲੇ ਬੜੇ ਮਾੜੇ ਨੇ, ਤੋ ਹਿੰਦੂ ਤਵੀ ਬਾਹਮਣ ਬਾਣੀਆਂ ਗੱਠਜੋੜ ਸਾਨੂੰ ਤੰਗ ਕਰਦਾ ਹੈ ਤੇ ਆਪਾਂ ਇਸ ਚੱਕਰ ਵਿੱਚ ਨਹੀਂ ਪੈਣਾ ਤੇ ਆਪਾਂ ਆਪਦੇ ਭਾਈਚਾਰੇ ਦੇ ਅਕਾਲੀਆਂ ਦੇ ਨਾਲ ਖੜਨਾ, ਪੰਥ ਦੀ ਜਮਾਤ ਤਾਂ ਅਕਾਲੀ ਦਲ। ਪਰ ਅੱਜ ਦੀ ਤਰੀਕ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਵਾਲਾ ਅਕਾਲੀ ਦਲ ਜਾਂ ਇਸ ਤੋਂ ਪਹਿਲਾਂ ਜਿਹੜਾ ਚੜ੍ਹਾਈ ਕਰ ਗਿਆ ਵੱਡਾ ਬਾਦਲ ਪ੍ਰਕਾਸ਼ ਸਿੰਘ ਬਾਦਲ, ਉਹਦੇ ਵਾਲਾ ਜਿਹੜਾ ਅਕਾਲੀ ਦਲ ਆ ਉਹ ਬਿਲਕੁਲ ਹੀ ਹੋਰ ਰੂਪ ਰੰਗ ਵਾਲਾ ਅਕਾਲੀ ਦਲ ਆ। ਉਹਦੇ ਅੰਦਰ ਉਹ ਤਪ ਤੇਜ ਉਹ ਗੱਲ ਨਹੀਂ ਹੈ ਜਿਹਦੀ ਕਰਕੇ ਅੱਜ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਇਹਨੂੰ ਆਪਾਂ ਹਮਾਇਤ ਨਹੀਂ ਪਾਉਣੀ ਦੇਣੀ, ਇਹਨੂੰ ਆਪਾਂ ਵੋਟ ਨਹੀਂ ਪਾਉਣੀ। ਇਹ ਫਰਕ ਆ ਜਿਹੜਾ ਐਵੇਂ ਨਹੀਂ ਆਇਆ, ਉਸ ਅਕਾਲੀ ਦਲ ਨੂੰ ਜਿਹੜਾ ਬੀਤੇ ਦੌਰ ਵਿੱਚ ਪੰਥ ਨੂੰ ਸਮਰਪਿਤ ਸੀ ਉਹਦੀਆਂ ਗਲਤੀਆਂ ਭੁੱਲਾਂ ਨੂੰ ਭੁਲਾਉਣ ਲਈ ਲੋਕ ਪੰਥ ਸਿੱਖ ਤਿਆਰ ਰਹਿੰਦੇ ਸੀ ਕਿ ਵੋਟ ਤਾਂ ਪੰਥ ਨੂੰ ਹੀ ਪਾਉਣੀ। ਅੱਜ ਵਾਲੇ ਇਸ ਅਕਾਲੀ ਦਲ ਨੂੰ ਵੋਟ ਪਾਉਣ ਤੋਂ ਲੋਕ ਐਵੇਂ ਇਨਕਾਰੀ ਨਹੀਂ ਹੋਏ, ਇਹਦੇ ਪਿੱਛੇ ਪੰਜਾਬੀ ਪਾਰਟੀ ਵਾਲਾ ਜਿਹੜਾ ਏਜੰਡਾ ਉਹਨੇ ਕੰਮ ਖਰਾਬ ਕੀਤਾ। ਗੱਲ ਇਹ ਉਵੇਂ ਦੀ ਆ ਜਿਵੇਂ ਕਈ ਬੰਦੇ ਕਹਿੰਦੇ ਆ ਕਿ ਜੀ ਦਰਬਾਰ ਸਾਹਿਬ ਜਿਹੜਾ ਹੈ ਉਹ ਸਾਰਿਆਂ ਦਾ, ਉਹ ਇਕੱਲੇ ਸਿੱਖਾਂ ਦਾ ਥੋੜੀ ਹੈ, ਇਹ ਤਾਂ ਸਾਰੇ ਧਰਮਾਂ ਦਾ ਸਾਂਝਾ। ਮੰਨ ਲਈ ਗੱਲ ਭਾਈ, ਸਾਰਿਆਂ ਦਾ ਸਾਂਝਾ। ਜਿਵੇਂ ਅਕਾਲੀ ਦਲ ਨੂੰ ਬਣਾਉਣ ਲੱਗੇ ਹੋ ਪੂਰੇ ਪੰਜਾਬ ਦਾ ਤੇ ਉਹਦਾ ਬੇੜਾ ਗਰਕ ਕਰ ਲਿਆ ਨਾ ਅਕਾਲੀ ਦਲ ਦਾ ਇਸ ਗੱਲ, ਉਵੇਂ ਹੀ ਇਹ ਗੱਲ ਸਾਨੂੰ ਲੈ ਬੈਠੂਗੀ ਜੇਕਰ ਅਸੀਂ ਇਸ ਗੱਲ ਦਾ ਵਿਰੋਧ ਨਾ ਕੀਤਾ ਕਿ ਖਾਲਸਾ ਪੰਥ ਇਹਦਾ ਕਸਟੋਡੀਅਨ ਆ, ਖਾਲਸਾ ਪੰਥ ਇਹਦਾ ਚੌਂਕੀਦਾਰ ਆ, ਪਹਿਰੇਦਾਰ ਆ, ਮਾਲਕ ਆ ਜਾਂ ਜੋ ਵੀ ਕੁਛ ਹੈ। ਬਾਕੀ ਸਾਡੇ ਧਰਮ ਦੇ ਅਸੂਲ ਨੇ ਇਹ ਕਿ ਹੋਰ ਧਰਮਾਂ ਦੇ ਬੰਦੇ ਇੱਥੇ ਆ ਸਕਦੇ ਆ, ਕਿਉਂਕਿ ਜਿਵੇਂ ਇਸਲਾਮ ਦੇ ਮੱਕੇ ਦੇ ਵਿੱਚ ਕੁਛ ਬੰਦਸ਼ਾਂ ਨੇ ਜਾਂ ਕਈ ਹਿੰਦੂ ਤੀਰਥਾਂ ਦੇ ਉੱਤੇ ਬੰਦਸ਼ਾਂ ਨੇ,
ਸਾਡੇ ਧਰਮ ਸਥਾਨ ਦੇ ਉੱਤੇ ਆਉਣ ਜਾਣ ਦੀ ਹਰੇਕ ਨੂੰ ਖੁੱਲ ਹੈ। ਇਸ ਗੱਲ ਦਾ ਮਤਲਬ ਇਹ ਕਦਾਚਿਤ ਨਹੀਂ ਕਿ ਇਹ ਸਾਰੇ ਧਰਮਾਂ ਦਾ ਸਾਂਝਾ ਸਥਾਨ। ਜੇ ਇੰਜ ਹੈ ਤਾਂ ਫਿਰ ਜਿੱਦਣ ਇੱਥੇ ਟੈਂਕਾਂ ਤੋਪਾਂ ਬੰਬਾਂ ਨਾਲ ਹਮਲਾ ਹੋਇਆ ਸੀ ਤਾਂ ਉਸ ਦਿਨ ਇਕੱਲੇ ਸਿੱਖ ਕਿਉਂ ਕਲਪਦੇ ਫਿਰਦੇ ਸੀ? ਕਿਉਂ ਸਿੱਖਾਂ ਨੇ ਹੀ ਇੰਦਰਾ ਗਾਂਧੀ ਨੂੰ ਤੇ ਵੈਦਿਆਂ ਨੂੰ ਸੋਧਾ ਲਾਇਆ? ਜੇ ਇਹ ਸਾਰੇ ਧਰਮਾਂ ਦਾ ਸਥਾਨ ਆ, ਫਿਰ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ, ਕੋਈ ਹਿੰਦੂ, ਕੋਈ ਮੁਸਲਮਾਨ, ਕੋਈ ਈਸਾਈ ਜਾਂ ਕੋਈ ਹੋਰ, ਉਹ ਜਾਂਦਾ ਤੇ ਨਾਲ ਇੰਦਰਾ ਨੂੰ ਮਾਰਨ ਵਿੱਚ ਜਾਂ ਵੈਦਿਆਂ ਨੂੰ ਮਾਰਨ ਵਿੱਚ ਜਾਂ ਹੋਰ ਜਿਹੜੇ ਦੁਸ਼ਟ ਜਿਨ੍ਹਾਂ ਨੇ ਇੱਥੇ ਫੌਜ ਚਾੜੀ ਉਹਨਾਂ ਨਾਲ ਲੜਦਾ? ਜੇਕਰ ਇਹ ਸਾਰੇ ਧਰਮਾਂ ਦਾ ਸਾਂਝਾ ਸਥਾਨ ਹੈ ਤਾਂ ਜੂਨ 84 ਨੂੰ ਇੱਥੇ ਲੜ ਕੇ ਮਰਨ ਵਾਲੇ ਦੂਜਿਆਂ ਧਰਮਾਂ ਦੇ ਲੋਕ ਕਿਉਂ ਨਹੀਂ ਸੀ? ਅਸਲ ਵਿੱਚ ਇੱਥੇ ਲੜ ਕੇ ਸ਼ਹੀਦ ਹੋਣ ਵਾਲੇ ਸਿੱਖ ਕਿਉਂ ਸੀ? ਕਿਉਂਕਿ ਇਹ ਸਿੱਖਾਂ ਦਾ ਸਥਾਨ, ਸਿੱਖਾਂ ਨੇ ਹੀ ਕਿਉਂ ਇੰਦਰਾ ਤੇ ਵੈਦਿਆਂ ਨੂੰ ਸੋਧਾ ਲਾਇਆ? ਕਿਉਂਕਿ ਇਹ ਸਿੱਖਾਂ ਦਾ ਸਥਾਨ। ਇਹ ਬਿਲਕੁਲ ਝੂਠੀ ਗੱਲ ਆ ਕਿ ਇਹ ਸਰਬ ਸਾਂਝਾ ਸਥਾਨ ਆ। ਸਰਬ ਸਾਂਝਾ ਸਥਾਨ ਇਹ ਉਸ ਤਰੀਕੇ ਨਾਲ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਜਿਹੜਾ ਪਹਿਲਾਂ ਦੂਜੇ ਧਰਮਾਂ ਦਾ ਚੱਲ ਰਿਹਾ ਸਿਸਟਮ ਸੀ ਕਿ ਜੀ ਸਾਡੇ ਧਰਮ ਦੇ ਸਥਾਨ ਤੇ ਕੋਈ ਹੋਰ ਨਹੀਂ ਆ ਸਕਦਾ, ਉਸ ਚੀਜ਼ ਨੂੰ ਟੋਕਿਆ, ਰੋਕਿਆ, ਖਤਮ ਕੀਤਾ ਕਿ ਸਾਡੇ ਇੱਥੇ ਜਿਹੜਾ ਮਰਜ਼ੀ ਆ ਸਕਦਾ। ਇਹ ਉਵੇਂ ਹੀ ਆ ਜਿਵੇਂ ਗੁਰੂ ਕਾ ਲੰਗਰ ਆ, ਉਹ ਕਿਸੇ ਆਮ ਬੰਦੇ ਦਾ ਲੰਗਰ ਨਹੀਂ ਹੈ, ਤੇ ਉਹ ਸਾਰਿਆਂ ਦਾ ਸਾਂਝਾ ਲੰਗਰ ਇਸ ਕਰਕੇ ਆ ਕਿਉਂਕਿ ਗੁਰੂ ਸਾਹਿਬਾਨ ਦੀ ਬਖਸ਼ਿਸ਼ ਆ, ਤੇ ਜਿਹੜਾ ਵੀ ਪੰਗਤ ਚ ਬਹਿ ਗਿਆ ਉਹਨੂੰ ਉਹਦੇ ਜਾਤ, ਧਰਮ, ਗੋਤ, ਨਸਲ, ਮੁਲਕ ਕਿਸੇ ਵੀ ਕਾਰਨ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਤੈਨੂੰ ਇਹ ਲੰਗਰ ਨਹੀਂ ਦਿੱਤਾ ਜਾਊਗਾ, ਹਰੇਕ ਨੂੰ ਲੰਗਰ ਦੇਣਾ ਪੈਂਦਾ। ਇਵੇਂ ਹੀ ਸੰਗਤ ਅਤੇ ਪੰਗਤ ਦੀ ਮਰਿਆਦਾ, ਇਵੇਂ ਅੰਮ੍ਰਿਤ ਛਕਾਉਣ ਮੌਕੇ ਕੋਈ ਕਿਸੇ ਨੂੰ ਪੁੱਛਿਆ ਨਹੀਂ ਜਾ ਸਕਦਾ ਕਿ ਤੇਰੀ ਜਾਤ, ਧਰਮ, ਨਸਲ ਕਿਹੜੀ ਆ। ਉਲਟਾ ਕਿਹਾ ਜਾਂਦਾ ਕਿ ਤੇਰੀ ਕੁੱਲ ਨਾਸ਼, ਪਿਛਲੀ ਧਰਮ ਨਾਸ਼, ਤੇਰਾ ਪਿਛਲਾ ਕਰਮ ਨਾਸ਼, ਹੁਣ ਤੂੰ ਖਾਲਸਾ ਸਜ ਗਏ। ਸੋ ਉਸ ਤਰੀਕੇ ਨਾਲ ਇੱਥੇ ਸਾਰੇ ਧਰਮਾਂ ਦੇ ਲੋਕ ਆ ਸਕਦੇ ਆ, ਸੇਵਾ ਕਰ ਸਕਦੇ ਆ, ਗੁਟਕਾ ਲੈ ਕੇ ਗੁਰਬਾਣੀ ਪੜ੍ਹ ਸਕਦੇ ਆ ਗੁਰੂ ਘਰ ਚ, ਦਰਬਾਰ ਸਾਹਿਬ ਚ ਜਾਂ ਕਿਸੇ ਵੀ ਗੁਰਦੁਆਰੇ ਚ, ਪਰ ਇੱਥੇ ਤਾਬਿਆਂ ਚ ਬਹਿ ਕੇ ਜੇ ਉਪਦੇਸ਼ ਕਰਨਾ ਹੋਵੇ ਫਿਰ ਉਹ ਹੱਕ ਸਿਰਫ ਸਿੱਖਾਂ ਦਾ ਹੈ। ਸੋ ਇਹ ਸਰਬ ਸਾਂਝਾ ਅਸਥਾਨ ਨਹੀਂ ਹੈ ਦਰਬਾਰ ਸਾਹਿਬ। ਇਵੇਂ ਹੀ ਇਹ ਝੂਠ ਆ ਕਿ ਜੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਸਾਰਿਆਂ ਧਰਮਾਂ ਦਾ ਗ੍ਰੰਥ ਹੈ। ਇਹ ਗੱਲ ਗੁਰੂ ਸਾਹਿਬਾਨ ਨੇ ਇਸ ਨਜ਼ਰੀਏ ਤੋਂ ਕੀਤੀ ਆ ਕਿ ਜਿਹੜੇ ਉਸ ਮੌਕੇ ਧੁਰ ਕੀ ਬਾਣੀ ਜਾਂ ਅਕਾਲ ਪੁਰਖ ਨਾਲ ਜੋੜਨ ਵਾਲੀ ਬਾਣੀ ਰਚਣ ਵਾਲੇ ਸੀਗੇ, ਉਹਨਾਂ ਸਾਰਿਆਂ ਦੀ ਬਾਣੀ ਇੱਕ ਥਾਂ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਗਿਆਨ ਦੇ ਸਾਗਰ ਦੇ ਰੂਪ ਵਿੱਚ ਹੀ ਨਹੀਂ, ਇਹਨੂੰ ਪ੍ਰਗਟ ਗੁਰਾਂ ਕੀ ਦੇਹ ਦੇ ਰੂਪ ਦੇ ਵਿੱਚ ਕਿ ਅਗਲਾ ਗੁਰੂ ਤੁਹਾਡਾ ਇਹ ਹੋਏਗਾ, ਇਸ ਤਰੀਕੇ ਦੀ ਜਿਹੜੀ ਗੱਲ ਆ ਉਹ ਕੀਤੀ ਗਈ ਆ। ਇਹ ਗੁਰੂ ਗ੍ਰੰਥ ਸਾਹਿਬ ਗੁਰੂ ਆ ਸਿੱਖਾਂ ਦਾ, ਜੇ ਇਹ ਸਰਬ ਸਾਂਝਾ ਗ੍ਰੰਥ ਕਵਾਂਗੇ ਫਿਰ ਇਹਦਾ ਗੁਰੂ ਵਾਲਾ ਰੁਤਬਾ ਜਿਹੜਾ ਹੈ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲੱਗਦਾ, ਇਸ ਕਰਕੇ ਇਹਨੂੰ ਸਰਬ ਸਾਂਝਾ ਗ੍ਰੰਥ ਕਹਿਣਾ ਅਸਲ ਵਿੱਚ ਇਹਦੀ ਗੁਰਤਾ ਗੱਦੀ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਹੈ, ਜਿਹੜਾ ਕਿ ਬਹੁਤ ਹੀ ਜ਼ਿਆਦਾ ਇੱਕ ਸਾਡੇ ਲਈ ਪਾਪ ਹੈ। ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਹੁਕਮ ਹੈ ਕਿ ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਮਾਨਿਓ ਗ੍ਰੰਥ ਦੇ ਕੋਨਸੈਪਟ ਦੇ ਹਿਸਾਬ ਨਾਲ ਇਹ ਗੱਲ ਕਹਿਣੀ ਕਿ ਜੀ ਇਹ ਸਾਰਿਆਂ ਦਾ
ਤੇ ਫਿਰ ਇਹ ਜੇਕਰ ਇੱਦਾਂ ਆ ਫਿਰ ਹਿੰਦੂ ਦਾ ਵੀ ਗੁਰੂ ਆ, ਮੁਸਲਮਾਨ ਦਾ ਵੀ ਗੁਰੂ ਆ, ਈਸਾਈ ਦਾ ਵੀ ਗੁਰੂ ਆ, ਫਿਰ ਸਾਰਿਆਂ ਦਾ ਇਹ ਗੁਰੂ ਆ। ਤੇ ਗੁਰੂ ਦੀ ਗੱਲ ਸਿੱਖਾਂ ਵਾਂਗੂ ਹੀ ਸਾਰਿਆਂ ਨੂੰ ਮੰਨ ਕੇ ਉਸ ਤਰੀਕੇ ਦੀ ਗੱਲ ਕਰਨੀ ਪਊਗੀ। ਸੋ ਇਸ ਪਾਸਿਓਂ ਸਾਨੂੰ ਇਹ ਗੱਲ ਬਿਲਕੁਲ ਨਹੀਂ ਕਰਨੀ ਚਾਹੀਦੀ ਕਿ ਇਹ ਸਰਬ ਸਾਂਝਾ ਗ੍ਰੰਥ। ਇਸ ਤੋਂ ਅੱਗੇ ਅਸੀਂ ਸਾਡੇ ਬੰਦਿਆਂ ਨੂੰ ਹੋਰ ਬੜਾ ਕੁਛ ਦੇਖ ਰਹੇ ਹਾਂ ਜਿਹਦੇ ਵਿੱਚ ਆਪਣੇ ਆਪ ਨੂੰ ਵੱਡਾ ਦਰਸਾਉਣ ਲਈ ਕਿ ਜੀ ਜਿਵੇਂ ਕਹਿੰਦੇ ਆ ਵੀ ਪੰਜਾਬੀ ਬੋਲੀ ਆ ਜਿਹੜੀ ਇਹ ਜੀ ਇਕੱਲੇ ਸਿੱਖਾਂ ਦੀ ਥੋੜੀ ਆ। ਭਾਈ ਜੇ ਸਿੱਖਾਂ ਦੀ ਨਹੀਂ ਹੈ ਫਿਰ ਹਿੰਦੂ ਇਹਨੂੰ ਛੱਡ ਛੱਡ ਕੇ ਕਿਉਂ ਭੱਜਦਾ? ਮੁਸਲਮਾਨ ਵੀ ਜਿਹੜਾ ਹੈ ਉਹਦੇ ਕੋਲੇ ਅਰਬੀ, ਉਰਦੂ, ਫਾਰਸੀ ਵਰਗੀਆਂ ਬੋਲੀਆਂ ਨੇ। ਹਿੰਦੂ ਕੋਲੇ ਸੰਸਕ੍ਰਿਤ ਹੈ ਜਾਂ ਉਹਨੇ ਹੁਣ ਹਿੰਦੀ ਪੈਦਾ ਕਰ ਲਈ ਹੈ। ਇਵੇਂ ਹੀ ਈਸਾਈਆਂ ਕੋਲੇ ਆਪਦੀ ਬੋਲੀ ਆ, ਹਰੇਕ ਧਰਮ ਕੋਲੇ ਆਪਦੀ ਬੋਲੀ ਹੈ, ਉਵੇਂ ਸਿੱਖਾਂ ਕੋਲੇ ਪੰਜਾਬੀ ਹੈ। ਇਸ ਪੰਜਾਬੀ ਉੱਤੇ ਬਾਕੀ ਸਾਰੇ ਜਦੋਂ ਛੱਡ ਕੇ ਤੁਰ ਜਾਂਦੇ ਹੈ, ਕਿਉਂਕਿ ਇੱਥੇ ਤਾਂ ਸਰਕਾਰੀ ਤੌਰ ਤੇ ਮਰਦਮਸ਼ੁਮਾਰੀ ਹੋਈ ਤਾਂ ਪੰਜਾਬ ਦੇ ਹਿੰਦੂਆਂ ਨੇ ਠੋਕ ਵਜਾ ਕੇ ਕਿਹਾ ਕਿ ਸਾਡਾ ਪੰਜਾਬੀ ਨਾਲ ਕੋਈ ਸੰਬੰਧ ਨਹੀਂ। ਚੰਗੇ ਭਲੇ ਪੰਜਾਬੀ ਬੋਲਦੇ ਬੰਦੇ ਕਹਿੰਦੇ ਸੀ ਬੋਲੀ ਵਾਲੇ ਖਾਨੇ 'ਚ ਹਿੰਦੀ ਲਿਖੋ। ਸੋ ਜਦੋਂ ਸਾਰੇ ਤਿਆਗ ਤਿਆਗ ਕੇ ਭੱਜਦੇ ਆ ਉਦੋਂ ਪੰਜਾਬੀ ਨੂੰ ਇਕੱਲੇ ਸਿੱਖਾਂ ਜੋਗੀ ਰਹਿ ਜਾਂਦੀ। ਸੋ ਇਹ ਗੱਲਾਂ ਇਸ ਕਰਕੇ ਕਰ ਰਹੇ ਹਾਂ ਕਿ ਜੇਕਰ ਆਪਾਂ ਪੰਜਾਬੀ ਬਾਰੇ ਇਹ ਕਹਿੰਦੇ ਰਹੀਏ ਕਿ ਸਾਰਿਆਂ ਦੀ ਸਾਂਝੀ ਆ, ਬਾਕੀਆਂ ਨੇ ਅਪਣਾਉਣੀ ਨਹੀਂ ਪੰਜਾਬੀ, ਤੇ ਸਿੱਖਾਂ ਨੇ ਜਦੋਂ ਨਾ ਅਪਣਾਈ ਤੇ ਅਖੀਰ ਇਹਦਾ ਭੋਗ ਪੈਜੂ, ਤੇ ਇਹੀ ਦਿੱਲੀ ਵਾਲੇ, ਇਹੀ ਨਾਗਪੁਰ ਵਾਲੇ ਚਾਹੁੰਦੇ ਆ ਕਿ ਪੰਜਾਬੀ ਬੋਲੀ ਨੂੰ ਸਿੱਖ ਵੀ ਤਿਆਗ ਦੇਣ ਤੇ ਸਰਬ ਸਾਂਝੀ ਬੋਲੀ ਦੇ ਨਾਂ ਹੇਠ ਇਹਦਾ ਚਰਬਾ ਜਿਹਾ ਕਰ ਦਈਏ ਤੇ ਆਪੇ ਹੀ ਸਿੱਖ ਫਿਰ ਆਪਦੇ ਇਸ਼ਟ ਤੋਂ, ਗੁਰੂ ਗ੍ਰੰਥ ਸਾਹਿਬ ਤੋਂ ਟੁੱਟ ਜਾਣਗੇ, ਪੜ੍ਹ ਨਹੀਂ ਸਕਣਗੇ। ਅੱਜ ਦੀ ਪੀੜ੍ਹੀ ਇਸ ਬਿਮਾਰੀ ਦਾ ਕੁਛ ਹੱਦ ਤੱਕ ਸ਼ਿਕਾਰ ਹੋ ਵੀ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਸ ਗੱਲ ਦਾ ਖਮਿਆਜ਼ਾ ਭੁਗਤਣਾ ਵੀ ਪਊ। ਪੰਜਾਬੀ ਬੋਲੀ ਦੇ ਨਾਲ ਜਿੰਨਾ ਸਾਡਾ ਪਿਆਰ ਹੋਊਗਾ, ਗੁਰਮੁਖੀ ਨਾਲ ਜਿੰਨਾ ਸਾਡਾ ਮੋਹ ਹੋਊਗਾ, ਉਹਨਾਂ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ ਮੋਹ ਬਣੇਗਾ। ਇਸ ਦੇ ਨਾਲ ਹੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਰਬ ਸਾਂਝਾ ਕਹਿਣਾ ਜਾਂ ਦਰਬਾਰ ਸਾਹਿਬ ਨੂੰ ਸਰਬ ਸਾਂਝਾ ਕਹਿਣਾ, ਇਹ ਗੱਲਾਂ ਬਿਲਕੁਲ ਗਲਤ ਨੇ। ਸੱਚਾਈ ਇਹ ਆ ਕਿ ਨਾ ਤਾਂ ਪੰਜਾਬ ਜਿਹੜਾ ਸਾਰਿਆਂ ਦਾ ਹੈ, ਪੰਜਾਬ ਵਿੱਚ ਰਹਿ ਜਿਹੜਾ ਮਰਜ਼ੀ ਸਕਦਾ ਹੈ। ਪੰਜਾਬ ਦੇ ਵਿੱਚ ਕਿਸੇ ਨੂੰ ਕਿਸੇ ਵੀ ਵੇਲੇ ਇਹ ਨਹੀਂ ਕਿਹਾ ਕਿ ਬਾਕੀ ਭੱਜ ਜਾਓ, ਇਹ ਗੱਲ ਬਿਲਕੁਲ ਝੂਠੀ ਆ। ਖਾੜਕੂ ਬਾਤ ਦੌਰਾਨ ਵੀ ਇਹਦੇ ਉਲਟ ਵਰਤਾਰਾ ਚੱਲਿਆ ਕਿ ਭਾਈ ਜਗਰਾਜ ਸਿੰਘ ਤੂਫਾਨ ਵਰਗੇ ਯੋਧੇ ਜਿਹੜੇ ਇੱਥੋਂ ਚਲੇ ਗਏ ਸੀ ਉਹਨਾਂ ਨੂੰ ਲਿਆ ਲਿਆ ਕੇ ਵਸਾਉਂਦੇ ਰਹੇ ਨੇ ਇੱਥੇ ਪੰਜਾਬ ਦੇ ਵਿੱਚ। ਪੰਜਾਬ ਦੀ ਧਰਤੀ ਜਿਹੜੀ ਆ ਉਹ ਇੱਥੇ ਕਿਸੇ ਵੀ ਹੋਰ ਸੱਭਿਆਚਾਰ ਨੂੰ, ਕਿਸੇ ਹੋਰ ਬੋਲੀ ਨੂੰ, ਕਿਸੇ ਹੋਰ ਕਿਸੇ ਵੀ ਕਿਸਮ ਦੇ ਲੋਕਾਂ ਨੂੰ ਪਸੰਦ ਕਰਦੀ ਆ, ਵੈਲਕਮ ਕਰਦੀ ਆ, ਜੀ ਆਇਆਂ ਕਹਿੰਦੀ ਆ, ਪਰ ਇੱਥੇ ਜਿਹੜਾ ਬੋਲਬਾਲਾ, ਜਿਹੜੀ ਕਮਾਂਡ ਆ, ਜਿਹੜੀ ਤਰਜੀਹ ਆ, ਜਿਹੜੀ ਇੱਥੇ ਸਭ ਤੋਂ ਵੱਡੀ ਧਿਰ ਵਾ, ਉਹ ਇੱਥੋਂ ਦੀ ਮਾਲਕਾਨਾ ਹੱਕ ਰੱਖਦੀ ਧਿਰ ਉਹ ਸਿੱਖ ਨੇ, ਜਿਹਦੇ ਬਾਰੇ ਸਾਡੇ ਪੁਰਖਿਆਂ ਨੇ ਸਾਨੂੰ ਸਮਝਾ ਦਿੱਤਾ ਕਿ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਜਾਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ। ਸੋ ਜਿਹੜਾ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਅੱਜ ਵਾਲੇ ਹਾਲਾਤ ਤੱਕ ਲੈ ਕੇ ਆਉਣ ਦਾ ਸਫ਼ਰ ਆ, ਇਸੇ ਤਰੀਕੇ ਦਾ ਕਬਾੜਾ ਸਾਡਾ ਇਹ ਗੱਲਾਂ ਕਰਨਗੀਆਂ ਜੇਕਰ ਅਸੀਂ ਨਾ ਸਮਝੇ ਕਿ ਜੀ ਗੁਰੂ ਗ੍ਰੰਥ ਸਾਹਿਬ ਸਰਬ ਸਾਂਝਾ ਗ੍ਰੰਥ ਹੈ,
ਦਰਬਾਰ ਸਾਹਿਬ ਸਾਰਿਆਂ ਦਾ ਸਾਂਝਾ, ਕੋਈ ਸਾਂਝੇ ਸੂਝੇ ਨਹੀਂ ਗੇ ਜੀ, ਇਹ ਇਕੱਲੇ ਸਿੱਖਾਂ ਦੇ ਨੇ। ਤੇ ਸਿੱਖੀ ਦੇ ਬੋਲਬਾਲੇ ਦੇ ਰਾਹ ਵਿੱਚ ਜਿਨ੍ਹਾਂ ਨੇ ਰੋੜਾ ਅਟਕਾਉਣਾ ਹੋਵੇ, ਜੇ ਸਿੱਖੀ ਦੀਆਂ ਬੁਨਿਆਦਾਂ ਹਿਲਾਉਣੀਆਂ ਹੋਣ, ਉਸ ਮੌਕੇ ਇਹ ਚੀਜ਼ਾਂ ਸਾਡੇ ਖਿਲਾਫ਼ ਵਰਤੀਆਂ ਜਾਣਗੀਆਂ ਕਿ ਜੀ ਤੁਹਾਡਾ ਇਕੱਲੇ ਸਿੱਖਾਂ ਦਾ ਥੋੜੀ ਹੈ, ਤਾਂ ਸਾਰਿਆਂ ਦਾ ਹੈ। ਤੇ ਅਗਲੀ ਗੱਲ ਇਹ ਹੈ ਕਿ ਸਿੱਖਾਂ ਦੇ ਅੰਦਰ ਬਹੁਤ ਕੁਛ ਹੈ, ਸਿੱਖੀ ਦੇ ਅੰਦਰ ਬਹੁਤ ਕੁਛ ਹੈ। ਇਹਦੇ ਵਿੱਚ ਨੌ ਅੱਖਰ ਸ਼ਬਦ ਕਿਹੜਾ ਵਰਤਣਾ ਉਹ ਵੱਖਰੀ ਗੱਲ ਆ, ਪਰ ਇਹ ਚ ਨਾਨਕ ਪੰਥੀ ਨੇ, ਇਹਦੇ ਚ ਸਿੱਖ ਨੇ, ਇਹਦੇ ਚ ਸਿੰਘ ਨੇ, ਇਹਦੇ ਚ ਅਕਾਲੀ ਨੇ, ਔਰ ਇਹ ਸਾਰਾ ਕੁਛ ਜਦੋਂ ਸਰਦਾਰ ਕਪੂਰ ਸਿੰਘ ਵਰਗਿਆਂ ਦੀ ਲਿਖਤਾਂ ਵਿੱਚੋਂ ਸਮਝਦੇ ਆ ਤਾਂ ਬੜਾ ਸਪਸ਼ਟਤਾ ਨਾਲ ਸਮਝ ਪੈਂਦੀ ਆ ਕਿ ਜਿਹੜਾ ਨਾਨਕ ਪੰਥੀ ਆ ਉਹ ਤੰਬਾਕੂ ਨਹੀਂ ਵਰਤਦਾ, ਉਹ ਦਾੜਾ ਕੇਸ ਰੱਖਦਾ, ਸਿਰਫ ਗੱਲ ਇੰਨੀ ਕਾ ਕਿ ਉਹ ਅੰਮ੍ਰਿਤ ਨਹੀਂ ਪਾਨ ਕੀਤਾ ਹੁੰਦਾ, ਪੰਜ ਕਕਾਰ ਧਾਰਨ ਨਹੀਂ ਕੀਤੇ ਹੁੰਦੇ, ਬਾਕੀ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਔਰ ਕਿਸੇ ਨੂੰ ਗੁਰੂ ਨਹੀਂ ਮੰਨਦਾ, ਆਪਦਾ ਇਸ਼ਟ ਉਹ ਮੁਕਤੀਦਾਤਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਇਹ ਨਾਨਕ ਪੰਥੀ ਨੇ। ਇਹੋ ਜਿਹਾ ਬੰਦਾ ਨਾਨਕ ਪੰਥੀ ਨਹੀਂ ਹੋ ਸਕਦਾ ਜਿਹਦਾ ਇਸ਼ਟ ਕੋਈ ਹੋਰ ਆ, ਜਿਹੜਾ ਆਪਦੇ ਜਨਮ ਮਰਨ ਅਤੇ ਵਿਆਹ ਦੀਆਂ ਰੀਤਾਂ ਕਿਸੇ ਹੋਰ ਸਿਸਟਮ ਦੇ ਰਾਹੀਂ ਕਰ ਰਿਹਾ ਹੋਵੇ। ਔਰ ਇਹੋ ਜਿਹੇ ਬੰਦੇ ਬੜੇ ਨੇ ਜਿਹੜੇ ਐਵੇਂ ਝੂਠ ਬੋਲੀ ਜਾਂਦੇ ਆ ਕਿ ਜੀ ਅਸੀਂ ਵੀ ਸਿੱਖ ਵਾਂ, ਅਸੀਂ ਨਾਨਕ ਪੰਥੀ ਆ, ਪਰ ਉਹਨਾਂ ਦਾ ਸਾਰਾ ਕੁਛ ਜਿਹੜਾ ਹੈ ਜੀਵਨ ਦਾ ਉਹ ਕਿਸੇ ਹੋਰ ਥਾਂ ਤੋਂ ਚੱਲ ਰਿਹਾ। ਜੇਕਰ ਉਹਨਾਂ ਦਾ ਸਿੱਖੀ ਨਾਲ ਤਾਲਮੇਲ ਹੋਵੇ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਚੱਲਣ। ਇਸ ਤੋਂ ਬਿਨਾਂ ਸਿੱਖ ਜਿਹੜਾ ਹੈ ਉਹ ਹੈ ਜਿਹਨੇ ਅਜੇ ਅੰਮ੍ਰਿਤ ਛਕਿਆ ਨਹੀਂ, ਪਰ ਉਹ ਸਿੱਖ ਅੱਗੇ ਵੱਧ ਰਿਹਾ ਤੇ ਅੱਗੇ ਉਹਨੇ ਸਿੰਘ ਸਜਣਾ। ਤੇ ਕੋਈ ਬੰਦਾ ਸਾਰੀ ਉਮਰ ਨਾਨਕ ਪੰਥੀ ਜਿਹੜਾ ਹੈ ਉਹ ਸਿੱਖ ਬਣਨ ਦੇ ਸਫ਼ਰ ਵੱਲ ਤੁਰਿਆ ਹੋਇਆ ਨਹੀਂ ਰਹਿ ਸਕਦਾ, ਬੜੀ ਇੱਕ ਟਾਈਮ ਜਲਦੀ ਆ ਜਾਂਦਾ ਜਿਹਦੇ ਉਹਨੇ ਸਿੱਖ ਸਜ ਕੇ ਸਿੰਘ ਸਜਣਾ ਹੁੰਦਾ। ਸਿੰਘ ਸਜਣ ਤੋਂ ਬਾਅਦ ਅੱਗੇ ਅਗਲਾ ਜਿਹੜਾ ਅਕਾਲੀ ਆ, ਅੱਗੇ ਫਿਰ ਖਾਲਸਾ ਜੀ ਕਹਾਉਣਾ, ਜਿਹੜਾ ਬਿਲਕੁਲ ਨਿਰਲੇਪ ਹੋ ਜਾਣਾ ਵਿਸ਼ੇ ਵਿਕਾਰਾਂ ਤੋਂ ਤੇ ਇੱਕ ਇਹੋ ਜਿਹੀ ਅਵਸਥਾ ਧਾਰਨ ਕਰਨੀ ਜਿਵੇਂ ਸੰਤ ਪਦ ਹੁੰਦਾ, ਉਹੋ ਜਿਹਾ ਬ੍ਰਹਮ ਗਿਆਨੀਆਂ ਵਾਲੇ ਪਾਸੇ ਨੂੰ ਤੁਰ ਪੈਣਾ, ਉਹ ਇੱਕ ਕਹਾਣੀ। ਪਰ ਸਾਡੇ ਬੰਦਿਆਂ ਨੂੰ ਪਛੜਾਇਆ ਜਾ ਰਿਹਾ, ਭਰਮਾਇਆ ਜਾ ਰਿਹਾ ਤੇ ਜਿਵੇਂ ਅਕਾਲੀ ਸ਼ਬਦ ਦਾ, ਜਿਵੇਂ ਪੰਜਾਬੀ ਪਾਰਟੀ ਬਣਾ ਕੇ ਅਕਾਲੀ ਦਲ ਦਾ ਭੋਗ ਪਾਇਆ ਜਾ ਰਿਹਾ, ਇਹੋ ਜਿਹਾ ਕੁਛ ਬਾਕੀ ਸਾਰੇ ਕਾਸੇ ਬਾਰੇ ਵੀ ਅਗਲੇ ਸੋਚੀ ਬੇਨਤੀ ਬੈਠੇ ਆ। ਸਾਡੀ ਕੌਮ ਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਭਾਰੀ ਲੋੜ ਹੈ। ਕੱਲ੍ਹ ਦੇ ਆਪਾਂ ਪ੍ਰੋਗਰਾਮ ਦੇ ਵਿੱਚ ਇਹ ਗੱਲ ਅੱਗੇ ਵਿਚਾਰਾਂਗੇ ਕਿ ਪੰਜਾਬ ਦੀ ਧਰਤੀ ਉੱਤੇ ਸਿੱਖ ਜਿਹੜਾ ਹੈ, ਸਿੱਖ ਸਿਵਲਾਈਜੇਸ਼ਨ, ਸਿੱਖ ਸੱਭਿਆਚਾਰ, ਉਹਦਾ ਬੋਲਬਾਲਾ ਕਿਉਂ ਹੈ। ਇੱਥੇ ਹਿੰਦੂ ਸਿਵਲਾਈਜੇਸ਼ਨ ਵੀ ਰਹਿੰਦੀ ਹੈ, ਕੋਈ ਇਤਰਾਜ਼ ਨਹੀਂ ਰਹਿੰਦੀ ਹੈ, ਬੜਾ ਇੱਥੇ ਹਿੰਦੂ ਰਹਿੰਦੇ ਨੇ, ਉਹਨਾਂ ਦੇ ਆਪਦੇ ਜਿਉਣ ਦੇ ਢੰਗ ਨੇ, ਆਪਦੇ ਜੀਵਨ ਦੇ ਉਹਨਾਂ ਦੇ ਹਿਸਾਬ ਕਿਤਾਬ ਨੇ। ਇੱਥੇ ਈਸਾਈ ਵੀ ਬਥੇਰੇ ਨੇ, ਮੁਸਲਮਾਨ ਵੀ ਬਥੇਰੇ ਨੇ, ਪਰ ਜਿਹੜਾ ਹਿੰਦੂ ਸੱਭਿਆਚਾਰ ਆ ਉਹਦਾ ਸਿੱਖ ਸੱਭਿਆਚਾਰ ਨਾਲ ਤਾਲਮੇਲ ਨਹੀਂ ਹੈ, ਟਕਰਾਅ ਵਾਲਾ ਰਿਸ਼ਤਾ ਹੈ। ਜਦੋਂ ਕੋਈ ਹਿੰਦੂ ਦਰਬਾਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦਾ ਹੈ ਉਹਦਾ ਧਰਮ ਅੜਚਣ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਉਹ ਜਿੱਥੇ ਹੋਰ 36,000 ਚੀਜ਼ਾਂ ਨੂੰ ਮੱਥਾ ਟੇਕਦਾ ਹੈ, ਕਿਉਂਕਿ ਹਿੰਦੂ ਵੇ ਆਫ ਲਾਈਫ ਆ ਜਿਹੜਾ ਉਹਦੇ ਵਿੱਚ ਇਹੀ ਕੁਛ ਹੈ, ਉੱਥੇ ਕਿਸੇ ਲਈ ਵੀ ਕਿਸੇ ਕਿਸਮ ਦੀ ਅੜਚਣ ਤਾਂ ਨਹੀਂ ਆਉਂਦੀ। ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਣ ਲੱਗਿਆ, ਕਿਉਂਕਿ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਇਹ ਕੋਈ ਨਵੀਂ ਜਾਂ ਵੱਖਰੀ ਗੱਲ ਨਹੀਂ ਹੈ। ਪਰ
ਸਿੱਖ ਲਈ ਉਦੋਂ ਔਖਾ ਜਦੋਂ ਉਹ ਮੰਦਰ 'ਚ ਵੜ ਕੇ ਟੱਲੀ ਖੜਕਾ ਕੇ ਹਨੂੰਮਾਨ ਦੀ ਜਾਂ ਕਿਸੇ ਵੀ ਮੂਰਤੀ ਨੂੰ ਮੱਥਾ ਟੇਕੇ, ਕਿਉਂਕਿ ਸਿੱਖ ਧਰਮ ਦੇ ਵਿੱਚ ਬੁੱਤ ਪ੍ਰਸਤੀ ਦਾ ਕਨਸੈਪਟ ਨਹੀਂ ਹੈ। ਹਿੰਦੂ ਮੰਦਰਾਂ ਦੇ ਵਿੱਚ ਬੁੱਤ ਦੀ ਪੂਜਾ ਹੋਣੀ ਹੈ। ਇਹਦਾ ਮਤਲਬ ਇਹ ਨਹੀਂ ਕਿ ਕੋਈ ਇਹ ਕਹਿਣ ਲੱਗ ਜਾਵੇ ਕਿ ਠੀਕ ਆ ਜੀ, ਫਿਰ ਜੇ ਉਹ ਗੀਤਾ ਜਾਂ ਆਪਦੇ ਪੁਰਾਣਾਂ ਨੂੰ ਜਾਂ ਹਿੰਦੂ ਗ੍ਰੰਥਾਂ ਨੂੰ ਰੱਖੇ ਫੇਰ ਮੱਥਾ ਉਹਨੂੰ ਟੇਕ ਲਓਗੇ। ਬਿਲਕੁਲ ਨਹੀਂ। ਸਿੱਖ ਨੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਨੂੰ ਸੀਸ ਝੁਕਾਉਣਾ ਹੀ ਨਹੀਂ। ਹਾਂ, ਉੱਦਾਂ ਆਪਾਂ ਕਿਸੇ ਨੂੰ ਆਦਰ ਸਤਿਕਾਰ ਵਜੋਂ, ਕਿਸੇ ਨੂੰ ਬਜ਼ੁਰਗ ਨੂੰ, ਕਿਸੇ ਨੂੰ ਹੋਰ ਨੂੰ ਆਪਾਂ ਕਰਦੇ ਹਾਂ, ਉਹ ਇੱਕ ਹੋਰ ਚੀਜ਼ ਆ। ਪਰ ਜਿਹੜਾ ਗੁਰੂ ਆ ਉਹ ਗੁਰੂ ਮੰਨ ਕੇ ਮੱਥਾ ਟੇਕਣਾ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਹੈ। ਕਰਨ ਨੂੰ ਆਪਾਂ ਸਿੱਖ ਸਿਵਿਲਾਈਜੇਸ਼ਨ ਅਤੇ ਹਿੰਦੂ ਸਿਵਿਲਾਈਜੇਸ਼ਨ ਕਿਵੇਂ ਪੰਜਾਬ ਦੀ ਧਰਤੀ ਤੇ ਇੱਕ ਦੂਜੇ ਨਾਲ ਭਿੜਦੀਆਂ ਨੇ, ਕਿਵੇਂ ਇਹਨਾਂ ਦੇ ਅੰਦਰੂਨੀ ਫਰਕ ਨੇ, ਇਹਦੇ ਬਾਰੇ ਚਰਚਾ ਕਰਾਂਗੇ। ਇੱਕ ਗੱਲ ਜਿਹੜੀ ਅੱਜ ਦੇ ਸੰਦਰਭ ਵਿੱਚ ਕਰਨੀ ਬਣਦੀ ਆ ਉਹ ਕਰਕੇ ਸਮਾਪਤੀ ਕਰਦੇ ਹਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾਤਾ ਸਰਦਾਰ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਪਿਛਲੇ ਦਿਨੀ ਆਈਸ ਨੌ ਦੇ ਨਸ਼ੇ ਨਾਲ ਫੜਨ ਦੀ ਖਬਰ ਚਲਾਈ ਗਈ ਸੀ, ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਅੱਜ ਰਾਤ ਤੱਕ ਜਾਂ ਕੱਲ ਸਵੇਰ ਤੱਕ ਭਾਈ ਹਰਪ੍ਰੀਤ ਸਿੰਘ ਜਿਹੜਾ ਹੈ ਉਹ ਜੇਲ੍ਹ ਚੋਂ ਆ ਜਾਣਗੇ। ਉਹਨਾਂ ਉੱਤੇ ਲਾਏ ਹੋਏ ਦੋਸ਼ ਸੱਚੇ ਨੇ ਜਾਂ ਝੂਠੇ ਨੇ ਜਾਂ ਉਹਨਾਂ ਦੀ ਅਸਲ ਕਹਾਣੀ ਕੀ ਹੈ ਉਹ ਵੀ ਇਹਨਾਂ ਦੇ ਬਾਹਰ ਆਉਣ ਤੋਂ ਬਾਅਦ ਜ਼ਾਹਿਰ ਹੋਏਗੀ। ਪਰ ਇੱਕ ਗੱਲ ਬੜੀ ਸੰਦੇਹਜਨਕ ਹੈ, ਸ਼ੰਕੇ ਵਾਲੀ ਹੈ ਕਿ ਜੇਕਰ ਉਹ ਬੰਦਾ ਇਸ ਤਰੀਕੇ ਦਾ ਨਸ਼ਾ ਕਰਦਾ ਕਰਾਉਂਦਾ ਹੋਵੇ ਤਾਂ ਉਹਨੂੰ ਤੋੜ ਲੱਗਣੀ ਚਾਹੀਦੀ ਸੀ ਤੇ ਉਹਦਾ ਤਾਂ ਰੌਲਾ ਪੈ ਜਾਣਾ ਚਾਹੀਦਾ ਸੀ ਵੀ ਜੇਲ੍ਹ ਦੇ ਵਿੱਚ ਉਹ ਬਹੁਤ ਬਿਮਾਰ ਹੋ ਗਿਆ ਜੀ, ਉਹਨੂੰ ਹੌਸਪਿਟਲ ਭਰਤੀ ਕਰਨਾ ਪਿਆ। ਇਹੋ ਜਿਹੀ ਕੋਈ ਗੱਲ ਤਾਂ ਸਾਹਮਣੇ ਆਈ ਨਹੀਂ। ਦੂਜੇ ਪਾਸੇ ਇਹ ਆ ਕਿ ਜਿੰਨੀ ਜਲਦੀ ਇਸ ਕੇਸ ਵਿੱਚ ਜ਼ਮਾਨਤ ਹੋਈ ਆ, ਜਿਸ ਤਰੀਕੇ ਨਾਲ ਰੌਲਾ ਪਾਇਆ ਗਿਆ ਕਿ ਜੀ ਸਾਡੇ ਕੋਲੇ ਵੀਡੀਓ ਆ ਤੇ ਉਹ ਜੀ ਕੋਈ ਵੀਡੀਓ ਵੀ ਨਹੀਂ ਲੱਭੀ, ਅਦਾਲਤ ਵਿੱਚ ਪੇਸ਼ ਨਹੀਂ ਕੀਤੀ ਗਈ, ਇਹ ਸਾਰਾ ਮਾਮਲਾ ਜਿਹੜਾ ਸ਼ੱਕੀ ਜਿਹਾ ਬਣ ਗਿਆ ਕਿ ਕੀ ਵਾਕਿਆ ਹੀ ਜੋ ਦਾਅਵਾ ਸਟੇਟ ਨੇ, ਸਰਕਾਰ ਨੇ, ਪੁਲਿਸ ਨੇ ਕੀਤਾ ਉਹਦੇ ਚ ਕੋਈ ਦਮ ਹੈ ਜਾਂ ਇਹ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੋਂ ਬਖਲਾ ਕੇ ਕੀਤਾ ਹੋਇਆ ਕੋਈ ਸਾਜਿਸ਼ ਹੈ। ਇਹ ਸਾਰੀਆਂ ਗੱਲਾਂ ਆਉਣ ਵਾਲੇ ਸਮੇਂ ਚ ਨੰਗੀਆਂ ਜ਼ਰੂਰ ਹੋਣਗੀਆਂ। ਅੱਜ ਲਈ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।